ਦੁਨੀਆਂ ਦੇ ਵਿੱਚ ਲੈ ਕੇ ਸੁਣੋ ਸਾਰਿਆਂ ਨੂੰ, ਚੱਲਦੇ ਆ, ਰਹਿੰਦੇ ਤਾਂ ਖਬਰਾਂ ਦੇ ਵਿੱਚ ਹੀ ਆ, ਸੋ ਕਦੇ ਅਖਬਾਰਾਂ ਦੇ ਵਿੱਚ ਕਦੇ ਖਬਰਾਂ ਦੇ ਵਿੱਚ। ਤੇ ਅੱਜ ਪਰਮਵੀਰ ਸਿੰਘ ਬਾਠ ਸਾਹਿਬ ਆ ਜਿਹੜੇ ਜੀ ਉਹ ਦੋ ਦਿਨਾਂ ਦੀ ਛੁੱਟੀ ਦੇ ਉੱਤੇ ਨੇ, ਤੇ ਨਵਰੀਤ ਸਿਵੀਆਂ ਹੋਰੇ ਉਹਨਾਂ ਦੀ ਥਾਂ ਦੇ ਉੱਤੇ ਆਪਣੇ ਨਾਲ ਜੁੜੇ ਨੇ। ਇਹ ਬਿਨਾਂ ਸ਼ੱਕ ਅਸੀਂ ਦੱਸ ਦਈਏ ਕਿ ਜੋ ਫਲੇਵਰ ਬਾਠ ਸਾਹਿਬ ਦਾ ਉਹ ਨਹੀਂ ਹੋਣਾ, ਪਰ ਨਵਰੀਤ ਹੋਰਾਂ ਦਾ ਆਪਣਾ ਇੱਕ ਵਧੀਆ ਸਟਾਈਲ ਹੈ, ਖਬਰਾਂ ਦੀ ਪੜਚੋਲ ਬੜੇ ਵਧੀਆ ਤਰੀਕੇ ਨਾਲ ਕਰਦੇ ਆ, ਉਸ ਪੱਖੋਂ ਅਸੀਂ ਉਹ ਕੋਸ਼ਿਸ਼ ਜ਼ਰੂਰ ਕਰਾਂਗੇ ਔਰ ਕੋਸ਼ਿਸ਼ ਕਾਮਯਾਬ ਰਹੂਗੀ, ਇਸ ਗੱਲ ਦਾ ਭਰੋਸਾ ਹੈ। ਸਾਡੇ ਪ੍ਰੋਗਰਾਮ ਦੇ ਸਪਾਂਸਰ ਸੱਜਣ ਨੇ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ, ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਨਿਵਾਸੀ ਪ੍ਰਵਾਸੀ ਜਿਹੜੇ ਜਿੱਥੇ ਵੀ ਵੱਸਦੇ ਆ ਸਾਨੂੰ ਸਾਥ ਸਹਿਯੋਗ ਭੇਜਦੇ ਆ। ਗਲੋਬਲ ਅਲਾਈਨਸ ਵਾਲਿਆਂ ਦਾ ਸੁਨੇਹਾ ਜੀ, ਕਹਿੰਦੇ ਤੁਸੀਂ ਅਮਰੀਕਾ ਦੇ ਵਿੱਚ ਕੋਈ ਵੀ ਸਰਵਿਸ ਲੈਣੀ ਹੈ ਵੀਜ਼ੇ ਨਾਲ ਸੰਬੰਧਿਤ, ਫੈਮਿਲੀ ਇਮੀਗ੍ਰੇਸ਼ਨ, ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, ਓਸੀਆਈ ਤੇ ਪਾਸਪੋਰਟ, ਸਿਟੀਜ਼ਨਸ਼ਿਪ ਐਪਲੀਕੇਸ਼ਨ ਤੇ ਟੈਸਟ ਦੀ ਤਿਆਰੀ ਕਰਨੀ ਹੈ, ਫਿਰ ਅਤੁਲ ਕਪੂਰ ਹੋਰਾਂ ਦੇ ਨਾਲ ਕਾਲ ਕਰਕੇ ਸਾਂਝ ਪਾ ਸਕਦੇ ਹੋ। ਨੰਬਰ 209-808-2136 ਤੇ ਆਪਾਂ ਕਰਦੇ ਹਾਂ ਜੀ ਸਵਾਗਤ ਨਵਰੀਤ ਸਿਵੀਆਂ ਦਾ। ਜੀ ਨਵਰੀਤ ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੁਖਨਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ, ਧੰਨਵਾਦ ਜੀ। ਸੋ ਮਿਹਰਬਾਨੀ ਜੀ, ਤੁਸੀਂ ਟਾਈਮ ਕੱਢਿਆ ਔਰ ਸਾਡਾ ਟਾਈਮ ਕਢਾ ਰਹੇ ਹੋ। ਰਹੀ ਗੱਲ ਇਹ ਕਿ ਟੀਮ ਮੈਂਬਰਾਂ ਜੀ, ਸਰ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਊਗਾ, ਇੱਕ ਟੀਮ ਹੀ ਹੈ ਜਿਹੜੀ ਟੀਮ ਹੁੰਦੀ ਹੈ। ਖੈਰ ਖਬਰਾਂ ਵੱਲ ਨੂੰ ਵਧੀਏ ਤਾਂ ਬੜੀ ਦੇਰ ਤੋਂ ਇਹ ਖਬਰ ਦਾ ਇੰਤਜ਼ਾਰ ਹੋ ਰਿਹਾ ਸੀ, ਕੱਲ ਬੜੇ ਲੋਕ ਸੀਗੇ ਸਟੇਟਸ ਪਾ ਰਹੇ ਸੀ ਨੋ ਮੋਰ ਜਾਂ ਕੁਛ ਹੋਰ, ਤੇ ਉਧਰੋਂ ਅਕਾਲੀ ਦਲ ਵਾਲਿਆਂ ਨੇ ਤਾਂ ਪਹਿਲਾਂ ਹੀ ਸ਼ਰਧਾਂਜਲੀ ਭੇਂਟ ਕਰਤੀ ਸੀ। ਖਬਰਾਂ ਹੁਣ ਥੋੜੀ ਦੇਰ ਪਹਿਲਾਂ ਅਪਡੇਟ ਹੋਈਆਂ ਕਿ ਪ੍ਰਧਾਨ ਮੰਤਰੀ ਰਹਿ ਚੁੱਕੇ ਹੁਣ ਨਹੀਂ ਰਹੇ ਅਟਲ ਬਿਹਾਰੀ ਵਾਜਪਾਈ ਜੀ। ਜੀ ਸੁਖਨਾਲ ਜੀ, ਜਿੱਥੋਂ ਤੱਕ ਤੁਸੀਂ ਅਨਾਊਂਸ ਕਰ ਹੀ ਦਿੱਤਾ ਕਿ ਪ੍ਰਧਾਨ ਮੰਤਰੀ ਜੋ ਸਾਬਕਾ ਪ੍ਰਧਾਨ ਮੰਤਰੀ ਸੀਗੇ ਅਟਲ ਬਿਹਾਰੀ ਵਾਜਪਾਈ ਉਹ ਨਹੀਂ ਰਹੇ, ਤੇ ਬਹੁਤ ਸਾਰੇ ਜਿਵੇਂ ਤੁਸੀਂ ਕਿਹਾ ਕਿ ਲੋਕ ਪਹਿਲਾਂ ਹੀ ਕਈ ਨਿਊਜ਼ ਚੈਨਲ ਵੀ ਬਾਰ ਬਾਰ ਅਨਾਊਂਸ ਕਰ ਰਹੇ ਸੀ ਕਿ ਮੌਤ ਹੋ ਚੁੱਕੀ ਆ ਅਟਲ ਬਿਹਾਰੀ ਵਾਜਪਾਈ ਦੀ, ਮੌਤ ਹੋ ਚੁੱਕੀ ਆ ਸਾਬਕਾ ਪ੍ਰਧਾਨ ਮੰਤਰੀ ਦੀ, ਪਰ ਖਬਰਾਂ ਜਿੰਨੀ ਦੇਰ ਏਮਸ ਦੇ ਵਿੱਚੋਂ ਘੱਟੋ ਘੱਟ ਆਫੀਸ਼ਲੀ ਨਹੀਂ ਆਇਆ ਕਿ ਵਾਜਪਾਈ ਜੋ ਪ੍ਰਧਾਨ ਮੰਤਰੀ ਨੇ ਸਾਬਕਾ ਉਹਨਾਂ ਦੀ ਮੌਤ ਹੋ ਚੁੱਕੀ ਆ, ਉਨੀ ਦੇਰ ਸਾਰਿਆਂ ਦੇ ਤੁੱਕੇ ਹੀ ਸੀ। ਪਰ ਇਸ ਤੁੱਕੇ ਦਾ ਸ਼ਿਕਾਰ ਅੱਜ ਅਕਾਲੀ ਦਲ ਦੇ ਪ੍ਰਧਾਨ ਵੀ ਹੋ ਗਏ, ਜਿਨ੍ਹਾਂ ਨੇ ਇੱਕ ਟਵੀਟ ਪਾਇਆ ਤੇ ਉਹ ਟਵੀਟ ਪਾਇਆ ਕਿ ਵਾਜਪਾਈ ਸਾਹਿਬ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਥੋੜੀ ਦੇਰ ਬਾਅਦ ਉਹ ਹਟਾਉਣਾ ਪਿਆ ਕਿਉਂਕਿ ਆਫੀਸ਼ੀਅਲੀ ਕਨਫਰਮ ਨਹੀਂ ਸੀ ਹੋਇਆ, ਤੇ ਹਾਲਾਂਕਿ ਉਹਨਾਂ ਨੇ ਜਦੋਂ ਉਹਨਾਂ ਦੀ ਮੌਤ ਹੋਈ ਆ ਐਲਾਨ ਹੋਇਆ ਤੇ ਉਹੀ ਟਵੀਟ ਦੁਬਾਰੇ ਪਾਤਾ, ਸੋ ਲਗਭਗ ਉਹ ਟਾਈਪ ਕਰਕੇ ਪਹਿਲੇ ਹੀ ਜਿਵੇਂ ਉਹ ਰੱਖੀ ਬੈਠੇ ਸੀ, ਪੰਜਾਬ ਚ ਬਹੁਤ ਸਾਰੇ ਲੋਕ ਪੂਰੇ ਭਾਰਤ ਦੇ ਵਿੱਚ ਰੱਖੀ ਬੈਠੇ ਸੀ। ਪਰ ਜਿੱਥੋਂ ਤੱਕ ਗੱਲ ਹੈ, ਮੌਤ ਤਾਂ ਮੌਤ ਹੈ, ਚਾਹੇ ਉਹ ਕਿਸੇ ਸੱਤ ਬਗਾਨੇ ਦੇ ਵਿਹੜੇ ਚ ਹੋਵੇ ਜਾਂ ਦੁਸ਼ਮਣ ਦੇ ਵਿਹੜੇ ਚ ਹੋਵੇ, ਉਹ ਹਮੇਸ਼ਾ ਸੋਗ ਹੀ ਲੈ ਕੇ ਆਉਂਦੀ ਆ, ਉਹ ਕਦੇ ਵੀ ਉਹ ਬਹੁਤਾ ਸ਼ੁੱਭ ਸੰਕੇਤ ਨਹੀਂ ਹੁੰਦੀ। ਜਿੱਥੋਂ ਤੱਕ ਗੱਲ ਅਸੀਂ ਕਰਗੇ ਵਾਜਪਾਈ ਹੋਰਾਂ ਦੀ, ਸੁਖਨਾਲ ਜੀ ਬਹੁਤ ਲੰਬਾ ਯੁੱਗ ਦੇਖਿਆ ਅਟਲ ਬਿਹਾਰੀ ਵਾਜਪਾਈ ਨੇ, ਬਹੁਤ ਚੰਗੀਆਂ ਯਾਦਾਂ ਵੀ ਹੈ, ਬਹੁਤ ਮਾੜੀਆਂ ਵੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਰਾਜਨੀਤੀ ਨੇ, ਭਾਵੇਂ ਅਸੀਂ ਇੱਕ ਦੋ ਸਟੇਟਾਂ ਨੂੰ ਕੱਢ ਦਈਏ, ਜ਼ਿਆਦਾਤਰ ਭਾਰਤ ਦੀਆਂ ਜਿਹੜੀਆਂ ਸਟੇਟਸ ਹੈ ਉੱਥੇ ਵਾਜਪਾਈ ਦਾ ਜਿਹੜਾ ਕੱਦ ਹੈ ਉਹ ਬਹੁਤ ਜ਼ਿਆਦਾ ਵੱਡਾ, ਖਾਸ ਤੌਰ ਤੇ ਭਾਰਤ ਦੀਆਂ ਜਿਹੜੀਆਂ ਵੀ ਸਟੇਟਾਂ ਹਿੰਦੀ ਬੋਲਦੀਆਂ ਉਹਨਾਂ ਦੇ ਵਿੱਚ ਵਾਜਪਾਈ ਦਾ ਜਿਹੜਾ ਕੱਦ ਹੈ ਉਹ ਬਹੁਤ ਵੱਡਾ। ਇੱਕ ਅਹਿਮਦ ਫਰਾਜ਼ ਦਾ ਸ਼ੇਅਰ ਯਾਦ ਆ ਰਿਹਾ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਇਸ ਤੇ ਜ਼ਿਆਦਾ ਮੁਹੱਬਤ ਤੁਮੇ ਕਿਆ ਚਾਹੀਏ ਫਰਾਜ਼, ਕਿ ਮਾਓ ਨੇ ਆਪਣੇ ਬੱਚੋਂ ਕੇ ਨਾਮ ਤੇਰੇ ਨਾਮ ਪਰ ਰੱਖ ਲਈਏ। ਸੋ ਮੁਹੱਬਤ ਜਿਹੜੀ ਮਿਲੀ ਹੈ ਅਟਲ ਬਿਹਾਰੀ ਵਾਜਪਾਈ ਜੀ ਨੂੰ ਜੀ, ਥੋੜਾ ਜਿਹਾ ਮੈਂ ਇਸ ਲਈ ਕਹਿ ਰਿਹਾ ਕਿ ਅੱਜ ਉਹਨਾਂ ਦੀ ਮੌਤ ਹੋਈ ਹੈ, ਸੋ ਸਾਡੇ ਜਿਸ ਦੇ ਅਸੀਂ ਪਲੇ ਆ ਮਾਹੌਲ ਦੇ ਵਿੱਚ ਉਹਦੇ ਵਿੱਚ ਇੱਕ ਸਤਿਕਾਰ ਅਸੀਂ ਜ਼ਰੂਰ ਦਿੰਨੇ ਆ। ਤੇ ਹਾਲਾਂਕਿ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਵਿਵਾਦਤ ਵੀ ਬਹੁਤ ਰਹੀ ਹੈ,
ਬਹੁਤ ਵਾਰ ਉਹਨਾਂ ਤੇ ਵੀ ਇਹ ਇਲਜ਼ਾਮ ਲਾਉਂਦੇ ਰਹੇ ਆ ਕਿ ਜਿੱਥੇ ਉਹ ਚੰਗੇ ਕੰਮਾਂ ਦੇ ਵਿੱਚ ਚਰਚਾ ਦੇ ਵਿੱਚ ਰਹੇ ਆ ਉੱਥੇ ਮਾੜੇ ਕੰਮ ਵੀ ਉਹਨਾਂ ਦੇ ਬੋਲਦੇ ਰਹੇ ਆ। ਅਟਲ ਬਿਹਾਰੀ ਵਾਜਪਾਈ ਸਾਨੂੰ ਸਭ ਨੂੰ ਪਤਾ ਕਿ ਉਹਨਾਂ ਨੇ ਕਈ ਵਾਰੀ ਪਹਿਲਾਂ ਵੀ ਸਰਕਾਰ ਬਣਾਈ ਪਰ ਜਿਹੜੀ ਸਰਕਾਰ ਉਹਨਾਂ ਦੀ ਪੂਰੀ 5 ਸਾਲ ਚੱਲੀ ਸੀ 1999 ਤੋਂ ਲੈ ਕੇ 2004 ਤੱਕ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਚਰਚਾ ਇਸ ਗੱਲ ਦੀ ਰਹੀ ਕਿ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਉਹ ਗਏ ਸੀ, ਸਮਝੌਤਾ ਐਕਸਪ੍ਰੈਸ ਜਿਸ ਤਰ੍ਹਾਂ ਚੱਲੀ ਸੀ, ਉਹ ਬੱਸ ਜਿਹੜੀ ਚੱਲੀ ਹੈ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਤੇ ਉਹ ਤੋਂ ਬਾਅਦ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਘੇਰਾ ਲੱਗਿਆ ਸੀ, ਹਿੰਦੁਸਤਾਨ ਦੇ ਵਿੱਚ ਵੀ ਲੱਗਿਆ ਸੀ ਕਿ ਦੋਹਾਂ ਦੇਸ਼ਾਂ ਨੂੰ ਖਾਸ ਤੌਰ ਤੇ ਅਟਲ ਬਿਹਾਰੀ ਵਾਜਪਾਈ ਤੇ ਪਰਵੇਜ਼ ਮੁਸ਼ਰਫ ਨੇ ਨੇੜੇ ਲਿਆਂਦਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਲੋਕਾਂ ਨੂੰ ਵੀ ਇਹ ਨੇੜੇ ਕੋਈ ਨੀ ਲਿਆਂਦਾ, ਸਗੋਂ ਇਹ ਕੰਮ ਤਾਂ ਉਲਟਾ ਹੋਇਆ। ਪਰ ਜਿੱਥੋਂ ਤੱਕ ਗੱਲ ਕਰੀਏ ਅਸੀਂ ਉਹਨਾਂ ਦੇ ਬੁਲਾਰੇ ਹੋਣ ਦੀ, ਸੁਖਨੈਬ ਜੀ ਇਹਦੇ ਚ ਕੋਈ ਸ਼ੱਕ ਨੀ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜਿੰਨਾ ਵਧੀਆ ਬੁਲਾਰਾ ਤੁਹਾਨੂੰ ਬੜੀ ਮੁਸ਼ਕਲ ਦੇ ਨਾਲ ਲੱਭਦਾ, ਜਿਹੜਾ ਨਾ ਸਿਰਫ ਹਿੰਦੀ ਦੇ ਵਿੱਚ ਸਗੋਂ ਅੰਗਰੇਜ਼ੀ ਦੇ ਵਿੱਚ ਵੀ, ਅਤੇ ਜਿਹੜਾ ਉਸ ਬੰਦੇ ਦਾ ਗੱਲ ਸਮਝਾਉਣ ਦਾ ਇੱਕ ਸਾਦਾ ਤੇ ਸਿੱਧਾ ਢੰਗ ਹੈ, ਉਹਦੇ ਨਾ ਸਿਰਫ ਅਟਲ ਬਿਹਾਰੀ ਵਾਜਪਾਈ ਦੀ ਪਾਰਟੀ ਵਾਲੇ ਸਗੋਂ ਬਾਕੀ ਦੂਸਰੀਆਂ ਪਾਰਟੀਆਂ ਦੇ ਜਿਹੜੇ ਲੋਕ ਹੈ ਉਹ ਵੀ ਮੁਰੀਦ ਰਹੇ ਆ। ਜਨਸੰਘ ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਆਰ ਐਸ ਐਸ ਦੇਸ਼ ਦੇ ਵਿੱਚ ਅੱਜ ਕੱਲ ਹਰ ਜਿਹੜਾ ਰੌਲਾ ਹੈ ਜਿਹਦੇ ਵਿੱਚ ਮਤਲਬ ਨਾ ਸਿੱਧਾ ਜਾਂ ਸਿੱਧਾ ਬੋਲਦਾ ਉਹ ਆਰ ਐਸ ਐਸ ਦਾ ਹੀ ਬੋਲਦਾ, ਕੰਮ ਚਾਹੇ ਕੋਈ ਸਹੀ ਹੋਵੇ ਜਾਂ ਗਲਤ ਹੋਵੇ। ਤੋ ਆਰ ਐਸ ਐਸ ਨਾਲ ਜੁੜੇ ਸੀ ਉਹਨਾਂ ਨੇ ਆਪਣੀ ਆਰ ਐਸ ਐਸ ਦੇ ਨਾਲ ਜੁੜ ਕੇ ਹੀ ਰਾਜਨੀਤਿਕ ਯਾਤਰਾ ਸ਼ੁਰੂ ਕੀਤੀ। ਤੇ ਇੱਕ ਬੰਦਾ ਆਪਦੀ ਜ਼ਿੰਦਗੀ ਦੇ ਵਿੱਚ ਇਹੀ ਸੋਚਦਾ ਹੁੰਦਾ ਕਿ ਮੈਂ ਸਿਖਰ ਤੇ ਪਹੁੰਚਾ। ਅਟਲ ਬਿਹਾਰੀ ਵਾਜਪਾਈ ਨੇ ਸਿਖਰ ਦੇਖਿਆ, ਪ੍ਰਧਾਨ ਮੰਤਰੀ ਬਣੇ, ਵਿੱਚ ਵਿੱਚ ਬਹੁਤ ਸਾਰੇ ਇਹੋ ਜਿਹੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੋੜ ਆਏ ਆ ਜਿੱਥੇ ਆ ਕੇ ਲੱਗਿਆ ਕਿ ਅਟਲ ਬਿਹਾਰੀ ਵਾਜਪਾਈ ਨੇ ਜੋ ਕੀਤਾ ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਸਭ ਤੋਂ ਪਹਿਲੀ ਘਟਨਾ ਜਿਹੜੀ ਉਹਨਾਂ ਦੇ, ਜੇ ਆਪਾਂ ਥੋੜੀ ਜਿਹੀ ਨੈਗੇਟਿਵ ਪਹਿਲੂ ਦੀ ਗੱਲ ਕਰੀਏ ਤਾਂ ਸੁਖਨੈਬ ਜੀ ਇਹ ਯਾਦ ਆਉਂਦੀ ਹੈ ਕਿ ਬਾਬਰੀ ਮਸਜਿਦ, ਸਾਨੂੰ ਪਤਾ ਕਿ ਬਾਬਰੀ ਮਸਜਿਦ ਢਾਈ ਗਈ ਸੀ ਤੇ ਉਹ ਤੋਂ ਬਾਅਦ ਦੇਸ਼ ਦੇ ਵਿੱਚ ਕੀ ਮਾਹੌਲ ਬਣਿਆ ਸੀ ਤੇ ਕਿਸ ਤਰ੍ਹਾਂ ਕਾਰ ਸੇਵਾ ਕਰਨ ਵਾਲੇ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਉੱਥੇ ਉਹਨਾਂ ਨੇ ਆਪਦਾ ਜਸ਼ਨ ਮਨਾਇਆ ਸੀ, ਹੁਰਦੰਗ ਮਚਾਇਆ ਸੀ। ਉਸ ਗੱਲ ਦੇ ਵਿੱਚ ਸੁਪਰੀਮ ਕੋਰਟ ਸਪਸ਼ਟ ਰੂਪ ਦੇ ਵਿੱਚ ਕਹਿ ਚੁੱਕੀ ਸੀ ਕਿ ਭਾਈ ਤੁਹਾਡਾ ਬੰਦਾ ਉੱਥੇ ਕੋਈ ਨੀ ਜਾਊਗਾ। ਇਹ ਵਾਜਪਾਈ ਹੀ ਸੀਗੇ ਜਿਨ੍ਹਾਂ ਨੇ ਸਟੇਜ ਤੇ ਖੜ ਕੇ ਇਹ ਭਾਸ਼ਣ ਦਿੱਤਾ ਸੀ ਆਪਦੇ ਕਾਰ ਸੇਵਕਾਂ ਨੂੰ ਜਿਹੜੇ ਪੂਰੇ ਭਾਰਤ ਦੇ ਵਿੱਚੋਂ ਇਕੱਠੇ ਹੋਏ ਸੀ ਕਿ ਸੁਪਰੀਮ ਕੋਰਟ ਨਹੀਂ ਸਾਨੂੰ ਰੋਕ ਰਹੀ, ਸੁਪਰੀਮ ਕੋਰਟ ਤਾਂ ਕਹਿ ਰਹੀ ਹੈ ਕਿ ਜਾ ਕੇ ਤੁਸੀਂ ਉੱਥੇ ਸੇਵਾ ਕਰੋ ਤੇ ਕਾਰ ਸੇਵਾ ਕਰਨ ਦੇ ਲਈ ਸਾਨੂੰ ਉੱਥੇ ਜਦੋਂ ਸੁਪਰੀਮ ਕੋਰਟ ਕਹਿ ਰਹੀ ਹੈ ਤੇ ਸਾਨੂੰ ਹਰ ਹਾਲਤ ਦੇ ਵਿੱਚ ਜਾਣਾ ਚਾਹੀਦਾ। ਵਾਜਪਾਈ ਨੇ ਆਪਦੀ ਤਕਰੀਰ ਦੇ ਵਿੱਚ ਅੱਗੇ ਕਿਹਾ ਸੀ ਕਿ ਅਸੀਂ ਉੱਥੇ ਬੈਠ ਕੇ ਕੋਈ ਥੋੜੀ ਬਹੁਤੀ ਭਜਨ ਬੰਦਗੀ ਕਰਾਂਗੇ, ਪਰ ਭਜਨ ਬੰਦਗੀ ਕਰਨ ਵਾਸਤੇ ਜਦੋਂ ਅਸੀਂ ਬਹਿਣਾ ਉੱਥੇ ਕੁਛ ਨਕੀਲੇ ਪੱਥਰ ਹੈ ਤੇ ਉਹ ਨਕੀਲੇ ਪੱਥਰ ਹਟਾ ਕੇ ਪੱਧਰੇ ਕਰਨੇ ਪੈਣਗੇ ਜੀ, ਇਸ ਲਈ ਸਾਨੂੰ ਉੱਥੇ ਜਾਣਾ ਚਾਹੀਦਾ। ਸੁਖਨੈਬ ਜੀ ਐਡੇ ਵੱਡੇ ਲੀਡਰ ਨੂੰ ਇਹੋ ਜਿਹੀਆਂ ਗੱਲਾਂ ਭੀੜ ਨੂੰ ਇਸ ਤਰ੍ਹਾਂ ਸੁਣਾਉਣਾ ਸ਼ੋਭਾ ਨਹੀਂ ਦਿੰਦਾ ਸੀ, ਕਿਉਂਕਿ ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣੇ ਇੱਕ ਸਿਲਸਿਲਾ ਚੱਲਿਆ ਆਉਂਦਾ। ਬਾਬਰੀ ਮਸਜਿਦ ਤਾਂ ਸਿਰਫ ਇੱਕ ਕੜੀ ਸੀ, ਉਹ ਤੋਂ ਬਾਅਦ ਭਾਜਪਾ ਦੀ ਸਿਆਸਤ ਤਾਂ ਚਮਕਦੀ ਪਰ ਪੂਰੇ ਭਾਰਤ ਦੀ ਸਿਆਸਤ ਹੈ ਜਿਹੜੀ ਉਹ ਗੰਧਲੀ ਹੋ ਗਈ ਜੀ। ਸਿੱਧੇ ਤੌਰ ਤੇ ਡਿਵਾਈਡੇਸ਼ਨ ਹਿੰਦੂ ਤੇ ਮੁਸਲਿਮ ਦੇ ਵਿੱਚ ਜਿਹੜੀ ਕਰ ਦਿੱਤਾ ਗਿਆ, ਪਾਰਕ ਪਾੜਾ ਪਾ ਦਿੱਤਾ ਗਿਆ, ਉਹ ਤੋਂ ਬਾਅਦ ਦੇਸ਼ ਦੇ ਵਿੱਚ ਜੋ ਘਟਨਾਵਾਂ ਹੋਈਆਂ ਜੋ ਸੀਕੁਐਂਸ ਬਣੇ ਆ, ਚਾਹੇ ਉਹ ਗੋਧਰਾ ਦੀ ਗੱਲ ਕਰੀਏ, ਗੁਜਰਾਤ ਦੰਗਿਆਂ ਦੀ ਗੱਲ ਕਰੀਏ, ਉਹ ਸਾਰੇ ਦੇ ਵਿੱਚ ਵਾਜਪਾਈ ਸਾਹਿਬ ਦੇ ਇਸ ਭਾਸ਼ਣ ਨੂੰ ਕਦੇ ਨੀ ਭੁੱਲਿਆ ਜਾ ਸਕਦਾ ਕਿ ਇੱਕ ਐਡਾ ਵੱਡਾ ਲੀਡਰ ਭੀੜ ਨੂੰ ਕਿਸ ਤਰ੍ਹਾਂ ਉਕਸਾਉਂਦਾ ਹੈ ਕਿ ਜਾਓ ਤੇ ਜਾ ਕੇ ਬਾਬਰੀ ਮਸਜਿਦ ਉੱਤੇ ਤੁਸੀਂ ਹਮਲਾ ਕਰ ਦੋ ਜੀ। ਉਹ ਐਡੇ ਵੱਡੇ ਲੀਡਰ ਦੀ ਇਹ ਨੈਗੇਟਿਵ ਸ਼ਖਸੀਅਤ ਦਾ ਇੱਕ ਪੱਖ ਹੈ। ਦੂਸਰਾ ਜਿਹੜਾ ਨੈਗੇਟਿਵ ਪੱਖ ਮੇਰੇ ਖਿਆਲ ਚ ਸਭ ਤੋਂ ਵੱਡੇ ਰੂਪ ਦੇ ਵਿੱਚ ਉੱਭਰਦਾ ਉਹ ਉੱਭਰਦਾ
2002 ਦੇ ਵਿੱਚ ਜਦੋਂ ਸੁਖਨੈਬ ਜੀ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਜੀ, ਗੁਜਰਾਤ ਜੀ ਸੋਰੀ ਸੁਖਨੈਬ ਜੀ ਹਾਲਾਤ ਇੰਨੇ ਮਾੜੇ ਹੋ ਗਏ ਸੀ ਦੰਗਿਆਂ ਦੇ ਵਿੱਚ ਕਿ ਵੈਸੇ ਦੰਗਿਆਂ ਦੇ ਵਿੱਚ ਹਾਲਾਤ ਕਦੇ ਵੀ ਚੰਗੇ ਨਹੀਂ ਹੁੰਦੇ, ਪਰ ਗੁਜਰਾਤ ਦੰਗਿਆਂ ਦੀ ਜਿਵੇਂ ਮੈਂ ਗੱਲ ਕਰਾਂ, ਜਿਵੇਂ ਅਸੀਂ ਪਹਿਲਾਂ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹੁੰਦੇ ਹਾਂ ਕਿ ਸਿੱਖ ਨਸਲਕੁਸ਼ੀ ਦੇ ਵਿੱਚ ਕਿਵੇਂ ਪੈਰ ਪਾ ਪਾ ਕੇ ਜੋ ਬਿਲਕੁਲ ਨਿਰਦੋਸ਼ ਲੋਕ ਸੀ ਸਿੱਖ ਸੀ ਉਹਨਾਂ ਨੂੰ ਸਾੜਿਆ ਗਿਆ, ਉਸੇ ਤਰ੍ਹਾਂ ਗੁਜਰਾਤ ਦੰਗਿਆਂ ਦੇ ਵਿੱਚ ਵੀ ਉਸ ਕਤਲੇਆਮ ਦੇ ਵਿੱਚ ਵੀ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਸਾੜਿਆ ਗਿਆ, ਉਹਨਾਂ ਦੀਆਂ ਕਿਸੇ ਦੀਆਂ ਬਾਹਾਂ ਲੱਤਾਂ ਵੱਢੀਆਂ ਗਈਆਂ, ਇੱਥੋਂ ਤੱਕ ਕਿ ਸੁਖਨੈਬ ਜੀ ਇੱਕ ਮਾਂ ਜਿਸਨੇ ਬੱਚੇ ਨੂੰ ਜਨਮ ਦੇਣਾ ਉਸ ਨੂੰ ਕੁੱਟਿਆ ਗਿਆ ਕਿ ਸਮੇਂ ਤੋਂ ਪਹਿਲਾਂ ਉਸਦਾ ਬੱਚਾ ਪੈਦਾ ਹੋਵੇ, ਉਹ ਮਾਂ ਨੂੰ ਮਾਰਿਆ ਗਿਆ, ਉਹਦੇ ਬੱਚੇ ਨੂੰ ਮਾਰਿਆ ਗਿਆ। ਇਸ ਹੱਦ ਤੱਕ ਪਹੁੰਚੀ ਹੈਵਾਨੀਅਤ ਉੱਥੇ ਕਿ ਜਿੱਥੇ ਇੱਕ ਆਮ ਬੰਦਾ ਸੁਣ ਹੋ ਜੇ ਇਹ ਗੱਲ ਸੁਣ ਕੇ, ਅਸੀਂ ਕਰਦੇ ਹਾਂ ਅਸੀਂ ਗੱਲ ਕਰ ਹੀ ਰਹੇ ਹਾਂ, ਸਾਡਾ ਗਲਾ ਭਰ ਰਿਹਾ ਇਹ ਗੱਲ ਕਰਦੇ ਹੋਏ, ਤੇ ਉਸ ਹੈਵਾਨੀਅਤ ਦਾ ਜਦੋਂ ਪੂਰਾ ਇਹ ਖੇਡ ਖੇਡਿਆ ਜਾ ਰਿਹਾ ਸੀ ਗੁਜਰਾਤ ਦੇ ਵਿੱਚ, ਪ੍ਰਧਾਨ ਮੰਤਰੀ ਨੇ ਜੋ ਅੱਜ ਦੇ ਨਰਿੰਦਰ ਮੋਦੀ ਪਾਵਰ ਚ ਸੀ, ਤੇ ਕੇਂਦਰ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਸੱਤਾ ਦੇ ਵਿੱਚ ਸੀ ਜੀ, ਅਟਲ ਬਿਹਾਰੀ ਵਾਜਪਾਈ ਕੀ ਬਿਲਕੁਲ ਉਦੋਂ ਉਹ ਬੈਠੇ ਦੇਖ ਰਹੇ ਸੀ, ਉਹਨਾਂ ਦਾ ਕੋਈ ਫਰਜ਼ ਨਹੀਂ ਸੀ ਕਿ ਉਹ ਰੋਕ ਸਕਦੇ, ਉਹਨਾਂ ਨੂੰ ਰੋਕਣਾ ਚਾਹੀਦਾ ਸੀ, ਅਟਲ ਬਿਹਾਰੀ ਵਾਜਪਾਈ ਨੇ ਉਹ ਨਹੀਂ ਰੋਕਿਆ। ਮਹਾਭਾਰਤ ਦੇ ਯੁੱਧ ਦੀ ਤਰ੍ਹਾਂ ਜਿਸ ਦੇ ਵਿੱਚ ਸਾਰਾ ਕੁਛ ਹੁੰਦਾ ਰਿਹਾ, ਤੇ ਬਿਲਕੁਲ ਜਿਸ ਦੇ ਹੱਥ ਚ ਪੂਰੀ ਡੋਰ ਸੀ, ਜਿਹਦਾ ਕਹਿਣਾ ਕੌਰਵ ਵੀ ਮੰਨਦੇ ਸੀ ਤੇ ਪਾਂਡਵ ਵੀ ਮੰਨਦੇ ਸੀ, ਉਹ ਬੈਠਾ ਅੰਤ ਤੱਕ ਦੇਖਦਾ ਰਿਹਾ, ਆਪਦੇ ਪੁੱਤਰਾਂ ਨੂੰ ਮਰਦੇ ਦੇਖਦਾ ਰਿਹਾ, ਉੱਜੜਦਾ ਸਾਰਾ ਰਾਜ ਦੇਖਦਾ ਰਿਹਾ, ਕੁਛ ਨਹੀਂ ਸੀ ਬੋਲਿਆ। ਹਾਲਾਂਕਿ ਉਹਦੇ ਕੋਲ ਦੇਖਣ ਦੀ ਸ਼ਕਤੀ ਨਹੀਂ ਸੀ, ਪਰ ਉਹ ਜਿਹੜੀ ਦਿਵਿਆ ਦ੍ਰਿਸ਼ਟੀ ਵਾਲੀ ਕਹਾਣੀ ਹੈ ਮੈਂ ਉਹਨੂੰ ਨਾਲ ਜੋੜ ਕੇ ਹੀ ਗੱਲ ਕਰ ਰਿਹਾ। ਪਰ ਸੁਖਨੈਬ ਜੀ ਇੱਕ ਪ੍ਰਧਾਨ ਮੰਤਰੀ ਜੋ ਉਸ ਵੇਲੇ ਦਾ ਹੋਵੇ, ਕੀ ਉਹਦੇ ਹੱਥ ਵੱਸ ਕੁਛ ਨਹੀਂ ਸੀ ਇਹ ਗੱਲ ਮੰਨਣ ਨੂੰ ਕੋਈ ਵੀ ਤਿਆਰ ਨਹੀਂ। ਹਾਂ ਇੰਨੀ ਗੱਲ ਜ਼ਰੂਰ ਹੈ, ਅਗਲੀਆਂ ਗੱਲਾਂ ਵੀ ਜੁੜ ਜਾਂਦੀਆਂ ਨੇ ਇਹਨਾਂ ਨਾਲ ਜੀ। ਕਹਿੰਦੇ ਜੀ ਇੱਕ ਵੇਲੇ ਜਦੋਂ ਕੰਪਿਊਟਰ ਆ ਰਿਹਾ ਸੀ ਦੇਸ਼ ਦੇ ਵਿੱਚ ਤਾਂ ਇਹਨਾਂ ਨੇ ਉਦੋਂ ਵਿਰੋਧ ਕੀਤਾ ਸੀਗਾ ਬਲਦ ਗੱਡੇ ਦੇ ਉੱਤੇ ਬੈਠ ਕੇ, ਤੇ 1984 ਦੇ ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਦੇ ਬਾਰੇ ਵੀ ਇੰਦਰਾ ਗਾਂਧੀ ਦੇ ਉੱਤੇ ਦਬਾਅ ਪਾਉਣ ਵਾਲੇ ਜਿਹੜੇ ਲੀਡਰ ਸੀਗੇ ਲਾਲ ਬਹਾਦਰ ਸੋਰੀ ਲਾਲ ਕ੍ਰਿਸ਼ਨ ਅਡਵਾਨੀ ਤੇ ਇਹਨਾਂ ਦਾ ਉਦੋਂ ਪੂਰਾ ਜ਼ੋਰ ਲੱਗਿਆ ਸੀ, ਤੇ ਜਦੋਂ ਜਵਾਨੀ ਦੇ ਵਿੱਚ ਸੀ ਉਦੋਂ ਵੀ ਇਹਨਾਂ ਨੇ ਇੱਕ ਫਰੀਡਮ ਫਾਈਟਰ ਦੇ ਖਿਲਾਫ ਗਵਾਹੀ ਦਿੱਤੀ ਸੀ, ਚਰਚਾ ਉਹ ਵੀ ਨਾਲ ਨਾਲ ਚੱਲ। ਬਿਲਕੁਲ ਸੁਖਨੈਬ ਜੀ, ਬਿਲਕੁਲ ਜੀ ਸੁਖਨੈਬ ਜੀ, ਆਪਾਂ ਇਹਨਾਂ ਹੀ ਗੱਲਾਂ ਤੇ ਆਉਣ ਵਾਲੇ ਸੀ ਕਿ ਮੈਂ ਅਗਲਾ ਮੇਰਾ ਪਾਰਟ ਇਹੀ ਸੀ ਵੀ ਜਿੱਥੇ ਗੁਜਰਾਤ ਦੰਗਿਆਂ ਦੀ ਗੱਲ ਹੈ ਉੱਥੇ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਹੈ ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਨਾਂ ਆਉਂਦਾ ਕਿ ਇਹਨਾਂ ਨੇ ਕਾਫੀ ਦਬਾਅ ਜਿਹੜਾ ਬਣਾਇਆ ਕਿਤਾਬਾਂ ਦੇ ਵਿੱਚ ਬਕਾਇਦਾ। ਅਸੀਂ ਦੇਖਿਆ ਕਿ ਖੁਦ ਲਾਲ ਕ੍ਰਿਸ਼ਨ ਅਡਵਾਨੀ ਨੇ ਜਿਹੜੀ ਕਿਤਾਬ ਲਿਖੀ ਤੇ ਉਹ ਤੋਂ ਪਹਿਲਾਂ RSS ਦੇ ਵੀ ਕਈ ਜਿਹੜੇ ਹੋਏ ਨੇ ਕੰਮ ਕਰਨ ਵਾਲੇ ਲੀਡਰ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਖੁਦ ਆਉਂਦਾ ਕਿ ਕਿਸ ਤਰ੍ਹਾਂ ਦਬਾਅ ਬਣਾਇਆ ਗਿਆ ਇੰਦਰਾ ਗਾਂਧੀ ਦੇ ਉੱਤੇ। ਇਹ ਕ੍ਰੈਡਿਟ ਵੀ ਲੈਂਦੇ ਆ ਕਈ ਥਾਵਾਂ ਦੇ ਉੱਤੇ ਕਿ ਅਸੀਂ ਹੀ ਇਹ ਦਬਾਅ ਬਣਾਇਆ ਸੀ ਕਿ ਤੁਸੀਂ ਹਮਲਾ ਕਰੋ। ਸੋ ਐਸੀਆਂ ਬਹੁਤ ਗੱਲਾਂ ਪ੍ਰਧਾਨ ਮੰਤਰੀ ਵਾਜਪਾਈ ਦੀ ਸ਼ਖਸੀਅਤ ਦੀਆਂ, ਸਾਬਕਾ ਪ੍ਰਧਾਨ ਮੰਤਰੀ ਦੀਆਂ, ਜਿਹੜੀਆਂ ਬਿਲਕੁਲ ਨੈਗੇਟਿਵ ਆ, ਬੁਰੀ ਤਰ੍ਹਾਂ ਨੈਗੇਟਿਵ ਆ। ਔਰ ਜਿਹੜੀ ਗੱਡੇ ਵਾਲੀ ਗੱਲ ਹੈ ਉਹਦੇ ਦੋ ਪੱਖ ਆ, ਉਹ ਕਈ ਕੰਪਿਊਟਰ ਯੁੱਗ ਦੇ ਬਾਰੇ ਵੀ ਕਹਿੰਦੇ ਆ ਤੇ ਉਹ ਤਸਵੀਰ ਨੂੰ ਜੋੜਿਆ ਜਾਂਦਾ। ਇੱਕ ਵਾਰੀ ਕਹਿੰਦੇ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਸੀ ਤੇ ਉਦੋਂ ਵੀ ਗੱਡਾ ਲੈ ਕੇ ਪਹੁੰਚ ਗਏ ਸੀਗੇ ਸੰਸਦ ਦੇ ਵਿੱਚ, ਹਾਲਾਂਕਿ ਅੱਜ ਕੱਲ ਹਾਲਾਂਕਿ ਉਹਨਾਂ ਨੂੰ ਹੋਸ਼ ਨਹੀਂ ਸੀ ਅੰਤਮ ਵਕਤ ਜਿੰਨੀਆਂ ਕੁ ਕੀਮਤਾਂ ਹੁਣ ਉਹਨਾਂ ਦੇ ਜਿਹੜਾ ਚੇਲਾ ਹੀ ਹੈ ਇੱਕ ਤਰ੍ਹਾਂ ਨਰਿੰਦਰ ਮੋਦੀ ਉਹਨਾਂ ਦੇ ਰਾਜ ਦੇ ਵਿੱਚ ਵਧੀਆ, ਹੁਣ ਪਤਾ ਨੀ ਉਹ ਕੀ ਕਰਦੇ। ਪਰ ਸ਼ਖਸੀਅਤ ਮਿਲੀ ਜੁਲੀ ਰਹੀ ਹੈ, ਦੋਨੋਂ ਤਰ੍ਹਾਂ ਦੀ ਰਹੀ ਹੈ, ਨੈਗੇਟਿਵ ਪੱਖ ਵੀ ਰਹੇ ਆ, ਪੋਜ਼ਿਟਿਵ ਵੀ ਰਹੇ ਆ। ਸਿਆਸਤ ਦੇ ਵਿੱਚ ਕਿਸੇ ਵੀ ਬੰਦੇ ਨੂੰ ਅਸੀਂ ਬਿਲਕੁਲ ਪੂਰੀ ਤਰ੍ਹਾਂ ਵਾਈਟ ਜਾਂ ਬਲੈਕ ਨੀ ਕਹਿ ਸਕਦੇ, ਬਹੁਤ ਕੁਛ ਕਿਸੇ ਬੰਦੇ ਦੀ ਸ਼ਖਸੀਅਤ ਇਹੋ ਜਿਹਾ ਹੁੰਦਾ ਸੁਖਨੈਬ ਜੀ ਜਿਹੜਾ ਪੂਰੀ ਤਰ੍ਹਾਂ ਗ੍ਰੇ ਹੁੰਦਾ, ਨਾ ਉੱਥੇ ਕੋਈ ਬੰਦਾ ਸਹੀ ਜਾਂ ਗਲਤ ਹੁੰਦਾ। ਅਸੀਂ ਤਾਂ ਜੋ ਸੀ ਉਹ ਲੋਕਾਂ ਨੂੰ ਦੱਸਤਾ, ਬਾਕੀ ਹੁਣ ਲੋਕਾਂ ਨੇ ਚਾਹੁੰਦਾ ਕਿ ਉਹ ਚੰਗੇ ਬੁਲਾਰੇ ਜ਼ਿਆਦਾ ਸੀ ਜਾਂ ਫਿਰ ਉਹਨਾਂ ਨੇ ਆਪਣੀ ਭਾਸ਼ਣ ਕਲਾ ਦਾ ਜਿਹੜਾ ਇਸਤੇਮਾਲ ਹੈ ਜਾਂ ਉਹਦੀ ਵਰਤੋਂ ਹੈ ਉਹ ਮਾੜੇ ਕੰਮਾਂ ਲਈ ਵੀ ਕੀਤੀ ਹੈ। ਜੀ ਸੁਖਨੈਬ ਜੀ, ਜੀ ਬਿਲਕੁਲ ਜੀ, ਇਹਦੇ ਚ ਇਹ ਵੀ ਉਹਨਾਂ ਦੀ ਸ਼ਖਸੀਅਤ ਦਾ ਪੱਖ ਹੈ ਕਿ ਪਰਮਾਣੂ
ਪ੍ਰੀਖਣ ਹੈ ਜਿਹੜਾ ਉਹਨਾਂ ਦੇ ਸਮਿਆਂ ਦੇ ਵਿੱਚ ਹੋਇਆ, ਬਹੁਤ ਸਾਰੇ ਅੜਿੱਕਿਆਂ ਦੇ ਬਾਵਜੂਦ ਹੋਇਆ, ਉਹ ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਦੇਸ਼ ਦੇ ਵਾਸਤੇ। ਨੈਗੇਟਿਵ ਗੱਲਾਂ ਬਥੇਰੀਆਂ ਨੇ ਔਰ ਪੋਜ਼ਿਟਿਵ ਵੀ ਬਹੁਤ ਹੋਣਗੀਆਂ। ਸਾਡਾ ਮਕਸਦ ਜਿਹੜਾ ਹੈ ਉਹ ਇਹੀ ਹੈ ਕਿ ਇਨਫੋਰਮੇਸ਼ਨ ਉਹਨਾਂ ਦੇ ਨਾਲ ਜੁੜੀ ਹੈ ਜਿਹੜੀ, ਉਸ ਦਾ ਅਸੀਂ ਜ਼ਿਕਰ ਕਰੀਏ। ਉਧਰੋਂ ਪ੍ਰਧਾਨ ਮੰਤਰੀ ਮੋਦੀ ਹੋਰੇ ਕਹਿੰਦੇ ਜੀ ਮੈਂ ਤਾਂ ਜ਼ੀਰੋ ਹੋ ਗਿਆ, ਊਂ ਤਾਂ ਹਿੰਦੀ ਚ ਕਿਹਾ ਕਿ ਮੈਂ ਸ਼ੂਨਿਆ ਹੋ ਗਿਆ, ਕੋਈ ਸ਼ਬਦ ਵੀ ਨਹੀਂ ਬਚੇ, ਪਰ ਅਸੀਂ ਪੰਜਾਬੀਆਂ ਨੇ ਤਾਂ ਜ਼ੀਰੋ ਵਾਲਾ ਹਿਸਾਬ ਲਾਉਣਾ। ਤੇ ਜੇ ਨਾਲ ਅਸੀਂ ਦੇਖਦੇ ਹਾਂ ਕਿ ਲਾਲ ਕਿਲੇ ਤੋਂ ਦਿੱਤਾ ਹੋਇਆ ਉਹਨਾਂ ਦਾ ਭਾਸ਼ਣ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਵੀ ਚਰਚਾ ਦੇ ਵਿੱਚ ਰਹਿਣਗੀਆਂ, ਕਿਉਂਕਿ ਆਜ਼ਾਦੀ ਦੇ ਨਾਂ ਤੇ ਬੜਾ ਕੁਛ ਹੋਇਆ ਤੇ ਮੋਦੀ ਹੋਰੇ ਕਹਿੰਦੇ ਲਾਲ ਕਿਲੇ ਤੋਂ ਝੂਠ ਬੋਲੀ ਜਾਂਦੇ ਆ। ਬਿਲਕੁਲ ਜੀ ਸਗਨੈਬ ਜੀ, 15 ਅਗਸਤ ਦੇ ਦਿਨ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦਿੱਤਾ, ਉਮੀਦ ਕੀਤੀ ਜਾਂਦੀ ਸੀ 5 ਸਾਲ ਹੋ ਗਏ ਕੋਈ ਵਧੀਆ ਭਾਸ਼ਣ ਉਹਨਾਂ ਦੇ ਵੱਲੋਂ ਆਊਗਾ। ਨਰਿੰਦਰ ਮੋਦੀ ਵੈਸੇ ਮੰਨੇ ਜਾਂਦੇ ਚੰਗਾ ਭਾਸ਼ਣ ਦਿੰਦੇ ਆ, ਪਰ ਇਸ ਵਾਰ ਭਾਸ਼ਣ ਦੇ ਵਿੱਚ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਆ ਉਹ ਤੋਂ ਬਾਅਦ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਉਹ ਕਾਫੀ ਹੱਦ ਤੱਕ ਝੂਠੇ ਨੇ ਜਿਹੜੇ ਉਹਨਾਂ ਨੇ ਅੰਕੜੇ ਦਿੱਤੇ ਆ। ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਬਹੁਤ ਕੁਛ ਕਹਿੰਦੇ ਰਹੇ ਆ, ਉਹ ਕਹਿੰਦੇ ਰਹੇ ਕਿ ਸਿਕੰਦਰ ਆ ਜਿਹੜਾ ਉਹ ਬਿਹਾਰ ਤੱਕ ਆ ਗਿਆ ਸੀ, ਬਹੁਤ ਵਾਰੀ ਤਕਸ਼ਿਲਾ ਬਾਰੇ ਕਹਿੰਦੇ ਰਹੇ ਆ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿੱਥੇ ਪਤਾ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਆ ਜਿਹੜੇ ਉਹ ਬਸ ਕੱਲੇ ਬੋਲਣ ਵਾਲੇ ਆ, ਬੋਲਣ ਤੋਂ ਪਹਿਲਾਂ ਜਿਹੜਾ ਕਹਿੰਦੇ ਆ ਤੋਲ ਲੋ ਥੋੜਾ ਜਾ, ਸੋਚ ਸਮਝ ਕੇ ਬੋਲਣ ਵਾਲੇ ਬੁਲਾਰਿਆਂ ਦੇ ਵਿੱਚੋਂ ਨਹੀਂ ਹੈਗੇ। ਪਰ ਜੋ 15 ਅਗਸਤ ਵਾਲੇ ਦਿਨ ਭਾਸ਼ਣ ਦਿੱਤਾ, ਮੈਂ ਸਗਨੈਬ ਜੀ ਇੱਕ ਗੱਲ ਹੋਰ ਇੱਥੇ ਕੋਟ ਕਰਨੀ ਚਾਹੂੰਗਾ ਕਿ ਅਟਲ ਬਿਹਾਰੀ ਵਾਜਪਾਈ ਵੀ ਬਹੁਤ ਵਧੀਆ ਬੁਲਾਰੇ ਸੀ ਬਾਹਰ, ਪਰ ਜਦੋਂ ਵੀ 15 ਅਗਸਤ ਤੇ ਭਾਸ਼ਣ ਦਿੰਦੇ ਸੀ ਲਾਲ ਕਿਲੇ ਤੇ ਖੜ ਕੇ, ਤਾਂ ਉਹਨਾਂ ਦਾ ਭਾਸ਼ਣ ਕਿਹਾ ਜਾਂਦਾ ਸੀ ਰੌਚਕ ਨਹੀਂ ਹੁੰਦਾ, ਤੱਥਾਂ ਤੇ ਆਧਾਰਿਤ ਹੁੰਦਾ। ਸੋ ਪ੍ਰਧਾਨ ਮੰਤਰੀ ਤੋਂ ਉਮੀਦ ਕੀਤੀ ਜਾਂਦੀ ਹੈ ਵੀ ਜੇ ਪ੍ਰਧਾਨ ਮੰਤਰੀ ਕੋਈ ਵੀ ਗੱਲ ਉਹ ਵੀ ਲਾਲ ਕਿਲੇ ਤੇ ਖੜ ਕੇ ਬੋਲੇ ਤਾਂ ਉਹਦਾ ਕੋਈ ਮਤਲਬ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਸਗਨੈਬ ਜੀ ਜਿਹੜੀਆਂ ਗੱਲਾਂ ਕਹੀਆਂ ਉਹ ਇਹ ਕਹੀਆਂ ਕਿ WHO ਦੀ ਰਿਪੋਰਟ ਆਈ ਹੈ ਕਿ ਭਾਰਤ ਦੇ ਵਿੱਚ ਜਿਹੜਾ ਸਵੱਛਤਾ ਅਭਿਆਨ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਚਲਾਇਆ ਇਹਦੇ ਨਾਲ 3 ਲੱਖ ਬੱਚਿਆਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ਗਿਆ। ਸਗਨੈਬ ਜੀ ਜਿਹੜੇ ਵੀ ਬੰਦੇ ਨੇ ਰਿਪੋਰਟ ਪੜ੍ਹੀ ਹੈ ਉਹਨੂੰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੀ ਗੱਲ ਕਹਿ ਰਹੇ ਹੈ ਇਹਦੇ ਚ ਕੋਈ ਤੰਤ ਨਹੀਂ, ਉਹ ਗੱਲਾਂ ਨੂੰ ਤੋੜ ਮਰੋੜ ਰਹੇ ਹੈ। ਅਸਲ ਗੱਲ ਕੀ ਕਹੀ ਸੀ, ਅਸਲ ਗੱਲ ਇਹ ਕਹੀ ਸੀ WHO ਨੇ ਕਿ ਜੇਕਰ ਸਵੱਛਤਾ ਅਭਿਆਨ ਹੈ ਜਿਹੜਾ ਇਹਨੂੰ ਸਹੀ ਢੰਗ ਦੇ ਨਾਲ ਭਾਰਤ ਨੇ ਲਾਗੂ ਕੀਤਾ ਹੁੰਦਾ ਤਾਂ 3 ਲੱਖ ਬੱਚਾ ਬਚ ਸਕਦਾ ਸੀ। ਜੇ ਹੁਣ ਵੀ ਇਹਨੂੰ ਲਾਗੂ ਕਰ ਦੇਣ ਤਾਂ 3 ਲੱਖ ਬੱਚਾ ਬਚ ਸਕਦਾ ਜਾਣ ਵਾਲਾ। ਸੋ ਪਹਿਲਾਂ ਉਹਨਾਂ ਦਾ ਇਹ ਜਿਹੜਾ ਅੰਕੜਾ ਇਹ ਗਲਤ ਹੈ, WHO ਦੀ ਰਿਪੋਰਟ ਇਹਨਾਂ ਨੇ ਆਪਣੇ ਢੰਗ ਨਾਲ ਵਰਤਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਦੂਸਰੀ ਗੱਲ ਪ੍ਰਧਾਨ ਮੰਤਰੀ ਮੋਦੀ ਨੇ ਸਗਨੈਬ ਜੀ ਇਹ ਕਹੀ ਹੈ ਕਿ ਮੁਦਰਾ ਸਕੀਮ ਦੇ ਰਾਹੀਂ 13 ਕਰੋੜ ਲੋਕਾਂ ਨੇ ਲੋਨ ਲਏ ਹੈ ਅਤੇ 4 ਕਰੋੜ ਨੌਜਵਾਨ ਇਹੋ ਜਿਹੇ ਆ ਜਿਨ੍ਹਾਂ ਨੇ ਪਹਿਲੀ ਵਾਰ ਲੋਨ ਲੈ ਕੇ ਆਪਦਾ ਕੰਮ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਇਹ ਅੰਕੜਾ ਸਗਨੈਬ ਜੀ ਇਹ ਵੀ ਇੱਕ RTI ਜਿਹਨੂੰ ਅਸੀਂ ਰਾਈਟ ਟੂ ਇਨਫੋਰਮੇਸ਼ਨ ਕਹਿੰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਤੋਂ ਪੁੱਛਦੇ ਹਾਂ ਕਿ ਭਾਈ ਸਾਨੂੰ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹਦੇ ਬਾਰੇ ਜਾਣਕਾਰੀ ਦਿਓ। ਫਿਲਹਾਲ ਪ੍ਰਧਾਨ ਮੰਤਰੀ ਮੋਦੀ ਤੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ RTI ਨੂੰ ਬਹੁਤ ਕਮਜ਼ੋਰ ਕੀਤਾ ਜਾ ਰਿਹਾ, ਇਹਦੇ ਚ ਵੀ ਕੋਈ ਸ਼ੱਕ ਨਹੀਂ, ਪਰ ਫਿਰ ਵੀ RTI ਇੱਕ ਖੁਲਾਸਾ ਕਰ ਰਹੀ ਹੈ ਕਿ 93% ਲੋਨ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਪਹਿਲਾਂ ਕੰਮ ਕੋਈ ਨਾ ਕੋਈ ਸ਼ੁਰੂ ਕੀਤਾ ਹੋਇਆ ਸੀ। ਸਗਨੈਬ ਜੀ ਇਹ ਦੋਵੇਂ ਅੰਕੜੇ ਆਪ ਦੇ ਵਿੱਚ ਐਂ ਢਿੱਡ ਰਹੇ ਹੈ ਜਿਵੇਂ ਕਿ ਇਸ ਸਮੇਂ ਸੰਸਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਤੇ ਦੂਸਰੀਆਂ ਪਾਰਟੀਆਂ ਵਾਲੇ ਭਿੜਦੇ ਆ, ਉਹਨਾਂ ਦੇ ਵਿੱਚ ਇੱਕ ਜਿਹੜੀ ਪ੍ਰਧਾਨ ਮੰਤਰੀ ਮੋਦੀ ਗੱਲ ਕਹਿ ਰਹੇ ਆ ਤੇ ਜੋ ਅੰਕੜੇ ਆ ਉਹਦੇ ਵਿੱਚ ਇੰਨਾ ਫਰਕ ਆਉਣ ਦਾ ਕਾਰਨ ਕੀ ਹੈ, ਇਹ ਤੋਂ ਇੱਕ ਹੀ ਗੱਲ ਸਾਫ਼ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੋ 4 ਕਰੋੜ ਨਵੇਂ ਨੌਜਵਾਨਾਂ ਦੇ ਰੁਜ਼ਗਾਰ ਦਾ ਦਾਅਵਾ ਕਰ ਰਹੇ ਆ ਉਹ ਅਸੀਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਝੂਠਾ ਦਾਅਵਾ। ਜੇਕਰ 93% 13 ਕਰੋੜ ਦੇ ਵਿੱਚੋਂ ਉਹ ਲੋਕ ਸੀ ਜਿਹੜੇ ਪਹਿਲਾਂ ਵੀ ਕੋਈ ਕੰਮ ਕਰਦੇ ਆ ਤੇ ਉਹਨਾਂ ਨੇ ਇਸ ਸਕੀਮ ਦੇ ਥਰੂ ਅਪਲਾਈ ਕੀਤਾ ਤਾਂ ਫਿਰ ਨਵੇਂ 4 ਕਰੋੜ ਲੋਕਾਂ ਦੀ ਜਿਹੜੀ ਗੱਲ ਹੈ ਉਹ ਬੇਈਮਾਨੀ ਹੋ ਜਾਂਦੀ ਹੈ। ਤੀਸਰੀ ਗੱਲ ਸਗਨੈਬ ਜੀ ਕਹੀ ਸੀ, ਪ੍ਰਧਾਨ ਮੰਤਰੀ ਮੋਦੀ ਨੇ ਬਾਰ ਬਾਰ ਕਹੀ ਹੈ ਕਿ ਜੇਕਰ ਅਸੀਂ UPA ਸਰਕਾਰ ਦੀ ਜਿਹੜੀ ਸਪੀਡ ਸੀ
2013 ਦੀ ਅਸੀਂ ਓਹਦੇ ਅਨੁਸਾਰ ਚਲਦੇ ਤਾਂ ਭਾਰਤ ਦੇ ਵਿਚ 100% ਬਿਜਲੀ ਵਾਲਾ ਜਿਹੜਾ ਟੀਚਾ ਇਹ ਕਦੇ ਨੀ ਪੂਰਾ ਹੋ ਸਕਦਾ ਸੀ। ਸੁਖਨੈਲ ਜੀ ਇਹ ਗੱਲ ਵੀ ਜਦੋਂ ਅੰਕੜਿਆਂ ਦੇ ਉੱਤੇ ਅਸੀਂ ਵਾਚੀ ਸੱਚ ਦੀ ਕਸੌਟੀ ਦੇ ਉੱਤੇ ਖੜੀ ਨੀ ਉੱਤਰੀ ਪ੍ਰਧਾਨ ਮੰਤਰੀ ਮੋਦੀ ਦੀ ਇਹ ਗੱਲ ਵੀ ਇਹਦੇ ਵਿਚ ਵੀ ਸਾਹਮਣੇ ਆਇਆ ਕਿ UPA ਸਰਕਾਰ ਵੇਲੇ ਹਰ ਸਾਲ ਦੇ ਵਿਚ 12,000 ਪਿੰਡ ਉਹ ਸੀਗੇ ਜਿੱਥੇ ਬਿਜਲੀ ਪਹੁੰਚ ਰਹੀ ਸੀ, ਜਿੱਥੇ ਪਹਿਲਾਂ ਨਹੀਂ ਪਹੁੰਚੀ ਤੇ 12,000 ਨਵੇਂ ਪਿੰਡਾਂ ਦੇ ਵਿਚ ਹਰ ਸਾਲ ਪਹੁੰਚ ਰਹੀ ਸੀ। ਜਦਕਿ NDA ਦੀ ਜਿਹੜੀ ਸਰਕਾਰ ਹੈ, ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਸਰਕਾਰ ਹੈ, ਇਹਦੀ ਸਪੀਡ ਹੈ ਜਿਹੜੀ ਇਹ 4,600 ਪਿੰਡ ਪਰ ਈਅਰ ਹੈ ਜੀ, ਹਰ ਸਾਲ ਦੇ ਵਿਚ ਇਹ 4,600 ਪਿੰਡਾਂ ਤੱਕ ਬਿਜਲੀ ਪਹੁੰਚਾ ਰਹੇ ਹੈ। ਸਿੱਧਾ ਜਿਹਾ ਹਿਸਾਬ ਅਸੀਂ ਜੇ ਲਾਗੇ ਸਿਗਨਲ ਜੀ, ਇੱਥੇ 3 ਗੁਣਾ ਘੱਟ ਹੈ ਇਹਨਾਂ ਦੀ ਸਪੀਡ, ਜਿੱਥੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਕਈ ਵਾਰੀ ਦਾਅਵੇ ਕਰ ਚੁੱਕੇ ਹੈ ਕਿ ਪੂਰੇ ਭਾਰਤ ਦੇ ਵਿਚ ਬਿਜਲੀ ਅਸੀਂ ਪਹੁੰਚਾ ਚੁੱਕੇ ਹਾਂ, ਤੇ ਉਹ ਤੋਂ ਬਾਅਦ ਹੀ ਉਹ ਤੋਂ 2 ਦਿਨ ਬਾਅਦ ਮੱਧ ਪ੍ਰਦੇਸ਼ ਦਾ ਇੱਕ ਨੇਤਾ ਕਹਿ ਦਿੰਦਾ ਕਿ ਅਸੀਂ ਜਲਦੀ ਹੀ ਦਸੰਬਰ ਦੇ ਐਂਡ ਚ 2018 ਦੇ ਐਂਡ ਵਿਚ ਸਾਰੇ ਮੱਧ ਪ੍ਰਦੇਸ਼ ਚ ਬਿਜਲੀ ਪਹੁੰਚਾ ਦਾਂਗੇ। ਇਹੋ ਜਿਹੀਆਂ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਮੇਂ ਸਮੇਂ ਤੇ, ਜਿੱਥੇ ਪਤਾ ਲੱਗਦਾ ਰਹਿੰਦਾ ਕਿ ਪ੍ਰਧਾਨ ਮੰਤਰੀ ਮੋਦੀ ਬੋਲਣ ਵੱਲ ਜ਼ਿਆਦਾ ਧਿਆਨ ਦਿੰਦੇ ਆ, ਅੰਕੜਿਆਂ ਦੇ ਵੱਲ ਉਹਨਾਂ ਦਾ ਜ਼ਿਆਦਾ ਧਿਆਨ ਹੈ, ਇਸ ਗੱਲ ਦੇ ਵੱਲ ਘੱਟ ਧਿਆਨ ਹੈ ਕਿ ਜਿਹੜੇ ਅੰਕੜੇ ਭਾਈ ਮੈਂ ਬੋਲ ਰਿਹਾ ਇਹਦੇ ਵਿੱਚ ਕੋਈ ਸੱਚ ਵੀ ਹੈ ਜਾਂ ਫਿਰ ਇਹ ਸਿਰਫ ਵਕਤੀ ਤੌਰ ਤੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਹੈ। ਜੀ ਸਕਨਾ ਜੀ, ਜੀ ਇੱਕ ਬ੍ਰੇਕ ਲੈ ਲਈਏ ਨਵਰੀਤ ਜੀ, ਆਪਾਂ ਅਗਲੀ ਗੱਲਬਾਤ ਨੂੰ ਜਾਰੀ ਰੱਖਾਂਗੇ ਤੇ ਫਿਰ ਮਿਲਦੇ ਹਾਂ ਖੁਸ਼ੀ ਫਲਾਂ ਤੋਂ ਬਾਅਦ ਫਿਰ ਸਰੋਤਿਆਂ ਦੇ ਨਾਲ। ਠੀਕ ਜਾ ਰਿਹਾ ਹਨਾ ਕੰਮ ਤਾਂ? ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਸੋ ਸੱਜਣੋ ਬੇਨਤੀ ਇਹ ਹੈ ਜੀ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਖਬਰਾਂ ਦੇ ਵਿੱਚ ਅਸੀਂ ਕਾਲ ਨਹੀਂ ਲੈਂਦੇ ਹੁੰਦੇ, ਤੁਸੀਂ ਸਾਰੇ ਜਾਣਦੇ ਹੋ ਤੇ ਕੁਝ ਕਾਲਾਂ ਮੈਨੂੰ ਆਈਆਂ ਨੇ, ਮਾਫੀ ਚਾਹੂੰਗਾ ਇਸ ਵਕਤ ਨਹੀਂ ਲਈਆਂ ਜਾਣਗੀਆਂ, ਤਕਰੀਬਨ ਜਦੋਂ ਇਹ ਖਬਰਾਂ ਖਤਮ ਹੋਣਗੀਆਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਾਲ ਕਰਕੇ ਜੁੜ ਸਕਦੇ ਹੋ। ਤੇ ਨਵਰੀਤ ਜੀ ਆਪਾਂ ਗੱਲ ਕਰੀਏ ਇਸ ਮੁੱਦੇ ਦੀ ਕਿ ਕੈਪਟਨ ਅਮਰਿੰਦਰ ਸਿੰਘ ਹੋ ਰਿਹਾ ਹੁਣ ਚਿੱਠੀ ਲਿਖ ਰਿਹਾ ਤੇ ਚਿੱਠੀ ਲਿਖੀ ਆ ਫੇਸਬੁੱਕ ਤੇ ਗੂਗਲ ਵਾਲਿਆਂ ਨੂੰ, ਕਹਿੰਦੇ ਵੀ ਸਾਡੀ ਮਦਦ ਕਰੋ ਨਸ਼ਾ ਜਾਂਦਾ, ਹੁਣ ਫੇਸਬੁੱਕ ਵਾਲੇ ਪਾਰਸਲ ਭੇਜਦੇ, ਕੀ ਗੱਲ ਹੈ? ਸੁਖਨੈਲ ਜੀ ਇੱਕ ਸ਼ੇਅਰ ਕਿਸੇ ਸਮੇਂ ਨਹੀਂ ਲਿਖਿਆ ਸੀ ਉਹ ਯਾਦ ਆ ਰਿਹਾ, ਥੋੜਾ ਜਿਹਾ ਤੁਹਾਡੀ ਇਜਾਜ਼ਤ ਹੋਵੇ ਤਾਂ ਬੋਲ ਦਿਆਂ, ਮੌਕੇ ਤੇ ਝੁਕਮਾ ਬਹੁਤ ਹੈ ਜੀ। ਉਹ ਸ਼ੇਅਰ ਇਸ ਤਰ੍ਹਾਂ ਸੀ ਕਿ ਦਿਲ ਤੋੜ ਕੇ ਮੇਰਾ ਹਾਲ ਪੁੱਛਣ ਉਹ ਆਇਆ, ਦਿਲ ਤੋੜ ਕੇ ਮੇਰਾ ਹਾਲ ਪੁੱਛਣ ਉਹ ਆਇਆ, ਕੀ ਕਰਾਂ ਵੇ ਤੇਰਾ ਕੀ ਕਰਾਂ ਵੇ ਤੇਰੀ ਇਸ ਸਾਦਗੀ ਦਾ, ਕੀ ਕਰਾਂ ਵੇ ਤੇਰੀ ਇਸ ਸਾਦਗੀ ਦਾ। ਸੋ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਮੈਨੂੰ ਲੱਗਦਾ ਇਹੀ ਹੈ ਕਿ ਸਾਰੀ ਸਮੱਸਿਆ ਉਹਨਾਂ ਨੂੰ ਪਤਾ, ਹੱਲ ਕੀ ਹੈ ਇਹ ਵੀ ਪਤਾ ਉਹਨਾਂ ਦੇ ਹੱਥ ਵਿੱਚ ਹੈ, ਆ ਫਿਰ ਵੀ ਗੂਗਲ ਨੂੰ ਜਿਹੜੀਆਂ ਚਿੱਠੀਆਂ ਲਿਖ ਕੇ ਕੀ ਪਖੰਡ ਕਰ ਰਹੇ ਆ, ਮਤਲਬ ਹੋਰ ਕੋਈ ਵੀ ਸ਼ਬਦ ਫਿਲਹਾਲ ਕੁੱਝ ਨਹੀਂ ਰਿਹਾ ਕਿ ਗੂਗਲ ਨੂੰ ਚਿੱਠੀ ਕੈਪਟਨ ਅਮਰਿੰਦਰ ਸਿੰਘ ਲਿਖ ਰਹੇ ਆ ਕਿ ਜੀ ਸਾਡੇ ਇੱਥੇ ਨਸ਼ੇ ਦੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ, ਤੇ ਫੇਸਬੁੱਕ ਦੇ ਉੱਤੇ ਲਿਖ ਰਹੇ ਆ ਕੈਪਟਨ ਅਮਰਿੰਦਰ ਸਿੰਘ ਕਿ ਫੇਸਬੁੱਕ ਦੇ ਰਾਹੀਂ ਇਹੋ ਜਿਹੀ ਜਾਣਕਾਰੀ ਸਾਡੇ ਨੌਜਵਾਨਾਂ ਨੂੰ ਮਿਲਦੀ ਹੈ ਕਿ ਕਿੱਥੋਂ ਨਸ਼ਾ ਸਪਲਾਈ ਹੋ ਰਿਹਾ। ਮੈਂ ਹੂ ਬਹੂ ਸ਼ਬਦ ਵਰਤ ਰਿਹਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਦੇ ਵਿੱਚ ਲਿਖਿਆ,
ਜਿਵੇਂ ਕਿ ਇੰਟਰਨੈਟ ਨੂੰ ਬਹੁਤ ਨੌਜਵਾਨ ਵਰਤਦੇ ਹਨ ਅਤੇ ਇੱਥੇ ਨਸ਼ੇ ਦਾ ਅਡਿਕਟ ਹੋਣ ਲਈ ਕਈ ਨਵੇਂ ਢੰਗ ਤਰੀਕੇ ਨੇ ਤੇ ਮਾਲ ਸਪਲਾਈ ਬਾਰੇ ਵੱਡੀ ਜਾਣਕਾਰੀ ਉਪਲਬਧ ਹੈ। ਮੈਂ ਹੁਣ ਇਹ ਪੁੱਛਣਾ ਚਾਹੁੰਦਾ ਸਾਰਿਆਂ ਤੋਂ, ਦਰਸ਼ਕ ਵੀ ਥੋੜੇ ਜਿਹੇ ਸ਼ਰੋਤੇ ਵੀ ਆਪਦਾ ਅੰਦਾਜ਼ਾ ਲਾ ਲੈਣ ਇਸ ਗੱਲ ਤੋਂ ਕਿ ਕੈਪਟਨ ਅਮਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਇਹ ਕਹਿਣਾ ਚਾਹੁੰਦੇ ਆ ਫੇਸਬੁੱਕ ਤੇ ਗੂਗਲ ਵਾਲਿਆਂ ਨੂੰ ਕਿ ਭਾਈ ਤੁਸੀਂ ਇੰਟਰਨੈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਹੈ, ਫੇਸਬੁੱਕ ਦੇ ਉੱਤੇ ਜਾਣਕਾਰੀ ਉਪਲਬਧ ਹੈ ਵੀ ਨਸ਼ੇ ਕਿੱਥੋਂ ਮਿਲ ਰਹੇ ਆ। ਹੁਣ ਗੱਲ ਸੁਖਨੈਲ ਜੀ ਸਿੱਧੀ ਹੈ, ਜੇਕਰ ਇਹ ਜਾਣਕਾਰੀ ਨਸ਼ੇੜੀਆਂ ਨੂੰ ਮਿਲ ਸਕਦੀ ਹੈ ਤੇ ਕੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ SPF ਬਣਾਈ ਸੀ ਉਹਨੂੰ ਨੀ ਮਿਲ ਸਕਦੀ, ਕੀ ਪੁਲਿਸ ਨੂੰ ਨੀ ਮਿਲ ਸਕਦੀ ਇਹ ਜਾਣਕਾਰੀ? ਸਰਕਾਰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਰਕਾਰ ਨੂੰ ਉੱਥੇ ਪਹੁੰਚਣ ਤੋਂ ਰੋਕ ਰਹੀ ਹੈ? ਨਸ਼ਾ ਕੌਣ ਵੇਚਦਾ? ਸੁਖਨੈਲ ਜੀ ਪਿੰਡ ਚ ਆ ਕੇ ਪੁੱਛ ਲਓ ਕਿਸੇ ਚ, ਤੁਹਾਨੂੰ ਸਾਥ ਚ ਬੈਠੇ ਬਾਬੇ ਦੱਸ ਦੇਣਗੇ ਕਿ ਫਲਾਨੇ ਫਲਾਨੇ ਘਰ ਵੇਚਦੇ ਆ। ਹਰੇਕ ਥਾਣੇਦਾਰ ਨੂੰ ਪਤਾ ਕਿ ਉਹਦੇ ਥਾਣੇ ਦੇ ਵਿੱਚ ਕੌਣ ਕੌਣ ਵੇਚ ਰਿਹਾ, ਕਿਹੜੇ ਮੰਤਰੀ ਨੂੰ ਕਿੰਨਾ ਪਰਸੈਂਟ ਹਿੱਸਾ ਜਾਂਦਾ ਜਾਂ ਕਿਹੜੇ ਨੂੰ ਨਹੀਂ ਵੀ ਜਾਂਦਾ। ਇਹ ਵੀ ਸੱਚ ਹੈ ਕਿ ਸਾਰੇ ਨਹੀਂ ਇਨਵੋਲਵ, ਕਿਹੜੇ ਨੂੰ ਨਹੀਂ ਵੀ ਜਾਂਦਾ। ਅਸੀਂ ਇਹ ਨੀ ਕਹਿੰਦੇ ਕਿ ਸਰਕਾਰ ਨਹੀਂ ਰੋਕਣ ਦੀ ਕੋਸ਼ਿਸ਼ ਕਰ ਰਹੀ, ਪਰ ਸੁਖਨੈਲ ਜੀ ਇਹ ਕੋਸ਼ਿਸ਼ਾਂ ਬਹੁਤ ਛੋਟੀਆਂ। ਗੂਗਲ ਨੂੰ ਚਿੱਠੀਆਂ ਲਿਖ ਕੇ ਕੋਈ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ, ਫੇਸਬੁੱਕ ਨੂੰ ਚਿੱਠੀਆਂ ਲਿਖਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ, ਇਹ ਮਸਲੇ ਹੱਲ ਤਾਂ ਹੋਣਗੇ। SPF ਨੂੰ ਜਿਹੜਾ ਡੰਡਾ ਪਹਿਲਾਂ ਫੜਾਇਆ ਸੀ ਤੇ ਬਾਅਦ ਦੇ ਵਿੱਚ ਖੋਲਿਆ ਵੀ ਥੋੜੇ ਜਿਹੇ ਵੱਡਿਆਂ ਦੇ ਤੱਕ ਇਹਨਾਂ ਦਾ ਹੱਥ ਪਹੁੰਚ ਰਿਹਾ, ਉਹੀ ਡੰਡਾ ਦੁਬਾਰੇ ਉਹਨਾਂ ਦੇ ਹੱਥ ਚ ਫੜਾਉਣ ਤੇ ਸਹੀ ਇਮਾਨਦਾਰੀ ਦੇ ਨਾਲ ਕੰਮ ਕਰਨ। ਪੁਲਿਸ ਦਾ ਜਿਹੜਾ ਵੀ ਬੰਦਾ ਵਿੱਚ ਇਨਵੋਲਵ ਹੈ ਉਹ ਸਸਪੈਂਡ ਕੀਤਾ ਹੋਵੇ, ਚਾਰ ਬੰਦਿਆਂ ਨੂੰ ਸਜ਼ਾ ਮਿਲੀ ਹੋਵੇ, ਨਸ਼ਾ ਤਾਂ ਕਿਵੇਂ ਆਜੂਗਾ ਪੰਜਾਬ ਦੇ ਵਿੱਚ? ਪਰ ਜੇ ਤੁਸੀਂ ਖਾਨਾ ਪੂਰਤੀਆਂ ਕਰਨੀਆਂ ਵੀ ਅਸੀਂ ਤਾਂ ਜੀ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਫਿਰ ਫੇਸਬੁੱਕ ਨੂੰ ਜਿੰਨੀਆਂ ਮਰਜ਼ੀ ਚਿੱਠੀਆਂ ਲਿਖੀ ਚੱਲੋ, ਇਹਦਾ ਅਸਰ ਨਾ ਅੱਜ ਹੋਇਆ ਨਾ ਕੱਲ ਹੋਵੇ। ਹੁਣ ਗੱਲ ਸੁਖਨੈਲ ਜੀ ਦੇ ਨਾਲ ਇੱਕ ਹੋਰ ਵੀ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਇੱਕ ਸਿੰਗਰ ਆ ਗਿੱਪੀ ਗਰੇਵਾਲ, ਉਹਨਾਂ ਨੇ ਗਿੱਪੀ ਗਰੇਵਾਲ ਨੂੰ ਵੀ ਨਸ਼ੇ ਤੋਂ ਆਜ਼ਾਦੀ ਨਾਂ ਦੀ ਇੱਕ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਉਹਦੇ ਵਿੱਚ ਨਾਲ ਜੋੜਿਆ ਕਿ ਜੀ ਅਸੀਂ ਸਿੰਗਰਾਂ ਨੂੰ ਵੀ ਨਾਲ ਜੋੜ ਰਹੇ ਹਾਂ, ਖਿਡਾਰੀਆਂ ਨੂੰ ਵੀ ਨਾਲ ਜੋੜ ਰਹੇ ਹਾਂ। ਇੱਕ ਪ੍ਰਸਿੱਧ ਨਿਸ਼ਾਨੇਬਾਜ਼ ਹੈ ਜੀ ਸਾਡਾ ਅਨੁਭਵ ਬਿੰਦਰਾ, ਉਹਨੂੰ ਵੀ ਨਾਲ ਜੋੜਿਆ ਕਿ ਤੁਸੀਂ ਵੀ ਨਾਲ ਆਓ। ਅਰੁਣਾ ਚੌਧਰੀ ਜੋ ਕਿ ਉਹਨਾਂ ਦੀ ਕੈਬਨਿਟ ਵਿੱਚ ਹੈ ਉਹਨਾਂ ਨੂੰ ਵੀ ਨਾਲ ਜੋੜ ਲਿਆ। ਇਹਨਾਂ ਨੇ ਤਿੰਨ ਚਾਰ ਲੋਕਾਂ ਨੂੰ ਚੈਲੰਜ ਦਿੱਤਾ ਕਿ ਤੁਸੀਂ ਵੀਡੀਓ ਬਣਾ ਕੇ ਪਾਓ ਇਸ ਵਿਸ਼ੇ ਤੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਉਹ ਨਸ਼ੇ ਤੋਂ ਪਰੇ ਹਟਣ। ਸੁਖਨੈਲ ਜੀ ਇਹ ਗੱਲਾਂ ਦਾ ਕਿਹਨੂੰ ਨੀ ਪਤਾ ਵੀ ਕੋਈ ਅਸਰ ਨੀ ਹੋਣ ਵਾਲਾ ਜ਼ਮੀਨ ਦੇ ਉੱਤੇ? ਤੁਸੀਂ ਸਾਰੇ ਪੰਜਾਬ ਤੋਂ ਇਹ ਵੀਡੀਓ ਬਣਾ ਕੇ ਪਾ ਦਿਓ ਕਿ ਭਾਈ ਨਸ਼ੇ ਨਾ ਕਰੋ ਨਸ਼ੇ ਨਾ ਕਰੋ, ਕੋਈ ਨੀ ਹਟਦਾ। ਜਿਹੜਾ ਕਰਨ ਵਾਲਾ ਜਿਹਦੇ ਸਰੀਰ ਨੂੰ ਤੋੜ ਲੱਗਦੀ ਆ ਉਹ ਉਹੀ ਜਾਣਦਾ, ਉਹਨੂੰ ਕੋਈ ਹੱਲ ਦੇਣਾ ਪਊਗਾ, ਕੋਈ ਅਲਟਰਨੇਟਿਵ ਦੇਣਾ ਪਊਗਾ, ਹਸਪਤਾਲ ਚ ਜਾਣਾ ਪਊ ਲੈ ਕੇ ਜਾਣਾ ਪਊਗਾ। ਹਸਪਤਾਲਾਂ ਦਾ ਤਾਂ ਇਹ ਹਾਲ ਆ ਸੁਖਨੈਲ ਜੀ ਨਸ਼ਾ ਛੁਡਾਉਣ ਦਾ ਵੀ ਉੱਥੇ ਜਾ ਕੇ ਗੋਲੀਆਂ ਦੇ ਕੇ ਮੋੜ ਦਿੰਦੇ ਆ ਤੇ ਸਾਡੇ ਕੋਲੇ ਤਾਂ ਥਾਂ ਹੈ ਨੀ। ਰਣਸੀ ਕਲਾਂ ਮੋਗੇ ਦਾ ਇੱਕ ਪਿੰਡ ਹੈ, ਉੱਥੋਂ ਦਾ ਸਰਪੰਚ ਆ ਬਿਲਕੁਲ ਨੌਜਵਾਨ, ਸੁਖਨੈਲ ਜੀ ਪ੍ਰਾਈਵੇਟ ਥਾਂ ਲੈ ਕੇ ਉਹਨੂੰ ਪ੍ਰਾਈਵੇਟ ਥਾਂ ਕਿਸੇ ਦੀ ਲੈ ਕੇ ਪਿੰਡ ਦੇ ਨੌਜਵਾਨ ਫੜ ਫੜ ਕੇ ਡੱਕਣੇ ਪਏ ਆ, ਇੱਕ ਹਸਪਤਾਲ ਬਣਾਉਣਾ ਪਿਆ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ। ਸਮੱਸਿਆ ਤਾਂ ਇਹ ਬਣੀ ਖੜੀ ਹੈ ਸਰਕਾਰੀ ਤੰਤਰ ਦੀ, ਇਹ ਕਿਹੜੀਆਂ ਅਪੀਲਾਂ ਦੀ ਗੱਲ ਕਰੀ ਜਾਂਦੇ ਆ, ਐਂ ਨਸ਼ਾ ਕਿਵੇਂ ਰੁਕ ਜੂਗਾ? ਤੇ ਨਾਲੇ ਗਾਇਕਾਂ ਦੇ ਉੱਤੇ ਕਹਿ ਰਹੇ ਆ ਕਿ ਗਾਇਕਾਂ ਦੇ ਰਾਹੀਂ ਰੁਕਾਉਣਾ ਗਾ, ਉਹਨਾਂ ਨੂੰ ਅਪੀਲਾਂ ਕਰ ਰਹੇ ਆ। ਪਹਿਲਾਂ ਜਿਹੜਾ ਇਹਨਾਂ ਨੇ ਸੱਭਿਆਚਾਰਕ ਕਮਿਸ਼ਨ ਬਣਾਇਆ ਸੀ ਕਿ ਨਸ਼ਾ ਨੂੰ ਅਸੀਂ ਰੋਕਣਾ, ਗੀਤਾਂ ਦੇ ਵਿੱਚ ਜਿਹੜੇ ਗੀਤ ਪ੍ਰੇਰਿਤ ਕਰਦੇ ਆ, ਉਹ ਕਮਿਸ਼ਨ ਨੇ ਹੁਣ ਤੱਕ ਕੀ ਕੀਤਾ ਇਹ ਵੀ ਜਾ ਕੇ ਪੁੱਛ ਲੈਣ। ਨਵਜੋਤ ਸਿੱਧੂ ਵੀ ਦੱਸ ਦੇਣ, ਉਹ ਵੀ ਬਹੁਤ ਤਾਲਾ ਮਾਰਦੇ ਹੁੰਦੇ ਆ ਬਹੁਤ ਗੱਲਾਂ ਦੇ ਉੱਤੇ। ਇਹ ਸਮੱਸਿਆ ਇਹੋ ਜਿਹੀ ਹੈ ਜਿਹਦਾ ਹੱਲ ਸਰਕਾਰ ਕੋਲੇ ਹੈ, ਸਰਕਾਰ ਕਰ ਸਕਦੀ ਹੈ, ਕਰਨ ਤੇ ਆਜੇ 5 ਮਿੰਟ ਨੀ ਲੱਗਦੇ ਸਰਕਾਰ ਨੂੰ ਕਰਨ ਤੇ, ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਨੀ ਰਹਿਣਾ। ਪਰ ਸਰਕਾਰ ਦਾ ਰਵੱਈਆ ਇਹੀ ਹੈ ਕਿ ਅਸੀਂ ਜੀ ਬਹੁਤ ਕਰ ਰਹੇ ਹਾਂ, ਅਸੀਂ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ, ਨਸ਼ਾ ਰੋਕਣ ਦੀ ਸਰਕਾਰ ਦੀ ਫਿਲਹਾਲ ਨੀਅਤ ਨਹੀਂ ਲੱਗਦੀ। ਜਿੱਦੋਂ ਨੀਅਤ ਹੋਊ ਨਾ ਸੁਖਨੈਲ ਜੀ ਇਹ 5 ਮਿੰਟਾਂ ਚ ਰੁਕ ਜੂ, 6 ਮਿੰਟ ਨਹੀਂ ਲੱਗਣਾ ਜੀ। ਜੀ ਨਾਲੇ ਗਿੱਪੀ ਗਰੇਵਾਲ ਹੋਰਾਂ ਦੇ ਤਾਂ ਗੀਤ ਉਹ ਪਤਾ ਨੀ ਪੀਂਦੇ ਨੀ ਫਰੂਟੀਆਂ, ਪਤਾ ਨੀ ਜਿਹਨੇ ਉਹ ਘਰ ਦੀ ਸ਼ਰਾਬ ਦਾ ਹਾਂ ਉਹੀ ਤੁਸੀਂ ਵੀ ਸੁਣੇ ਆ, ਮੈਂ ਤਾਂ ਮੈਨੂੰ ਪਤਾ ਸੀ।
ਉਹ ਫਰੂਟੀ ਨਾਲ ਵਧੀਆ ਬਣਦੀ ਹੈ ਕਿ ਨਹੀਂ ਹੁੰਦੀ ਮੈਨੂੰ ਪਤਾ ਨੀ ਗਾ, ਖੈਰ ਇਹ ਕਿਸੇ ਸ਼ਰਾਬੀ ਬੰਦੇ ਤੋਂ ਪੁੱਛਾਂਗੇ ਜੀ, ਦੱਸ ਵੀ ਸਕਦਾ ਕੋਈ ਆ ਕੇ। ਤੇ ਗੱਲ ਕਰੀਏ ਜੀ ਅਗਲੀ, ਜਿਹੜੀ ਹੁਣ ਰਿਪੋਰਟ ਆ ਗਈ ਹੈ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਫਾਈਨਲ ਰਿਪੋਰਟ, ਕਹਿੰਦੇ ਕੈਪਟਨ ਸਾਹਿਬ ਦੇ ਹੱਥਾਂ ਦੇ ਵਿਚ ਹੈ, ਤੇ ਫਿਰ ਅੱਛੇ ਦਿਨ ਦੀ ਥਾਂ ਤੇ ਬੁਰੇ ਦਿਨ ਵੀ ਆ ਸਕਦੇ ਬਾਦਲਾਂ ਦੇ, ਜਾਂ ਸਿਰਫ ਤੇ ਸਿਰਫ ਖਾਨਾ ਪੂਰਤੀ ਹੈ? ਸਕਨਰ ਜੀ, ਜਿੰਨੀਆਂ ਕੁ ਰਿਪੋਰਟਾਂ ਬਾਹਰ ਆ ਰਹੀਆਂ, ਰਹਿ ਰਹਿ ਕੇ ਲੀਕ ਹੋ ਰਹੀਆਂ ਜਾਂ ਲੀਕ ਕਰਵਾਈਆਂ ਜਾ ਰਹੀਆਂ, ਇਹਦੇ ਬਾਰੇ ਨੀ ਮੈਂ ਕਹਿ ਸਕਦਾ ਕਿ ਲੀਕ ਹੋ ਰਹੀਆਂ ਜਾਂ ਕਰਵਾਈਆਂ ਜਾ ਰਹੀਆਂ, ਪਰ ਸਭ ਤੋਂ ਇੱਕ ਹੀ ਗੱਲ ਸਪਸ਼ਟ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ, ਉਹਨਾਂ ਦੇ ਤਾਂ ਅੱਛੇ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਅਸੀਂ ਨਹੀਂ ਲੱਗ ਰਹੇ, ਕਿਉਂਕਿ ਰਣਜੀਤ ਸਿੰਘ, ਹਾਲਾਂਕਿ ਅੱਜ ਵੀ ਵਿਜੇ ਸਾਂਪਲਾ ਨੇ ਕਿਹਾ ਕਿ ਅਸੀਂ ਇਹਨਾਂ ਦੀ ਰਿਪੋਰਟ ਨੂੰ ਨਹੀਂ ਮੰਨਦੇ, ਜਗਬੀਰ ਬਾਦਲ ਅੱਜ ਹੀ ਕਹਿ ਕੇ ਹਟੇ ਆ ਕਿ ਮੈਂ ਤਾਂ ਜੀ ਇਹਨਾਂ ਦੀ ਰਿਪੋਰਟ ਹੈ ਜਿਹੜੀ ਉਹ ਪਾੜ ਕੇ ਸਿੱਟਦੀ ਜਾਂ ਮੈਂ ਜਦੋਂ ਮੇਰੇ ਕੋਲ ਆਊ ਮੈਂ ਪਾੜ ਕੇ ਸਿੱਟ ਦੂੰਗਾ, ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਪਰ ਸਖਨੈਬ ਜੀ, ਮਸਲਾ ਤਾਂ ਉਦੋਂ ਸਾਹਮਣੇ ਆਉਣਾ ਜਦੋਂ ਵਿਧਾਨ ਸਭਾ ਦੇ ਵਿੱਚ ਰੱਖੀ ਜਾਣੀ ਹੈ, ਤੇ ਜਦੋਂ ਨਾ ਬੋਲਣਾ ਕਿ ਜੀ ਮੁੱਖ ਮੰਤਰੀ ਦੇ ਕਹਿਣ ਉੱਤੇ ਇਹ ਕੁਛ ਹੋਇਆ, ਜਦੋਂ ਇਹ ਨਾ ਬੋਲ ਗਿਆ, ਅਕਾਲੀ ਦਲ ਦੇ ਕੋਲੇ ਮੂੰਹ ਲੁਕਾਉਣ ਨੂੰ ਕੋਈ ਮੈਨੂੰ ਨੀ ਲੱਗਦਾ ਥਾਂ ਬਚਣੀ ਹੈ, ਕਿਉਂਕਿ ਜੇਕਰ ਇਹ ਰਿਪੋਰਟ ਉਹਨਾਂ ਦੇ ਖਿਲਾਫ ਜਾ ਰਹੀ ਹੈ ਜਾਂ ਜਿਸ ਤਰ੍ਹਾਂ ਦੇ ਸਾਰਿਆਂ ਦੇ ਅਨੁਮਾਨ ਹੈਗੇ ਆ, ਜਿੰਨੀਆਂ ਕੁ ਰਿਪੋਰਟਸ ਬਾਹਰ ਆ ਰਹੀਆਂ, ਲੀਕ ਹੋ ਰਹੀ ਹੈ ਜਿੰਨੀ ਕੁ ਇਨਫੋਰਮੇਸ਼ਨ, ਜੇ ਉਹਨਾਂ ਦੇ ਖਿਲਾਫ ਇਹ ਚਲੀ ਗਈ, ਸਖਨੈਬ ਜੀ ਬਿਲਕੁਲ ਬੈਕਫੁੱਟ ਤੇ ਅਕਾਲੀ ਦਲ ਹੈ ਜਿਹੜਾ ਉਹ ਚਲਾ ਜਾਣਾ। ਔਰ 2019 ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਸਮੇਂ ਤੋਂ ਪਹਿਲਾਂ ਹੋਣ ਜਾ ਰਹੇ ਆ, ਜੇਕਰ ਇਹ ਇਲੈਕਸ਼ਨ 2019 ਦੇ ਦਸੰਬਰ ਚ ਆ ਜਾਂਦੇ ਆ ਤੇ ਉਹ ਤੋਂ ਪਹਿਲਾਂ ਇਹ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਅਕਾਲੀ ਦਲ ਦਾ ਕੋਈ ਹੱਥ ਸੀ। ਅਸੀਂ ਇਹ ਦਾਅਵਾ ਨਹੀਂ ਕਰ ਰਹੇ ਕਿ ਅਕਾਲੀ ਦਲ ਦਾ ਹੱਥ ਸੀ, ਅਸੀਂ ਨਹੀਂ ਕਹਿ ਰਹੇ ਕਿ ਮੁੱਖ ਮੰਤਰੀ ਦਾ ਹੱਥ ਸੀ, ਪਰ ਜਿਸ ਤਰ੍ਹਾਂ ਦੀ ਰਿਪੋਰਟ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਤੇ ਇਹ ਜੇਕਰ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਗਿਆ ਸਭ ਦੇ, ਮੈਨੂੰ ਲੱਗਦਾ ਅਕਾਲੀ ਦਲ ਦੇ ਲਈ ਸਥਿਤੀ ਬਹੁਤ ਖਰਾਬ ਹੋ ਗਈ। ਪਰ ਅਸੀਂ ਜੇਕਰ ਗੱਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਰੀਏ, ਇਹਦੀ ਵਰਣਨ ਯੋਗ ਆ ਸਖਨੈਬ ਜੀ ਕਿ ਪਹਿਲਾਂ ਵੀ ਕਮਿਸ਼ਨ ਬਣੇ ਸੀ, ਅਕਾਲੀ ਦਲ ਨੇ ਵੀ ਕਮਿਸ਼ਨ ਬਣਾਇਆ ਸੀ, ਜਸਟਿਸ ਜੋਰਾ ਸਿੰਘ ਕਮਿਸ਼ਨ, ਤੇ ਇੱਕ ਕਮਿਸ਼ਨ ਹੈ ਜਸਟਿਸ ਕਾਟਜੂ ਵਾਲਾ, ਲੋਕਾਂ ਨੇ ਆਪਦੇ ਵੱਲੋਂ ਵੀ ਸੰਸਥਾਵਾਂ ਨੇ ਵੀ ਬਣਾਇਆ ਸੀ ਤੇ ਭੇਜਿਆ ਸੀ, ਪਰ ਕਾਂਗਰਸ ਸਰਕਾਰ ਨੇ ਜਿਹੜਾ ਕਮਿਸ਼ਨ ਬਣਾਇਆ ਰਣਜੀਤ ਸਿੰਘ ਕਮਿਸ਼ਨ, ਇਹਦੇ ਚਾਰ ਭਾਗ ਹੈ ਸਖਨੈਬ ਜੀ। ਪਹਿਲਾ ਭਾਗ ਹੈ ਜਿਹੜਾ ਜਿਹਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ, ਮਲਕੇ ਅਤੇ ਬੈਬਲ ਕਲਾਂ ਤੇ ਕੋਟਕਪੂਰਾ ਵਿੱਚ ਹੋਈਆਂ ਘਟਨਾਵਾਂ ਬਾਰੇ ਜਾਂਚ ਕੀਤੀ ਗਈ ਸੀ। ਦੂਜੇ ਭਾਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਗਈ। ਤੀਜੇ ਭਾਗ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਹੁਸ਼ਿਆਰਪੁਰ ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਸ਼ਹੀਦ ਭਗਤ ਸਿੰਘ ਉਹਨਾਂ ਦੀ ਜਾਂਚ ਕੀਤੀ ਗਈ ਜੀ। ਸ਼ਹੀਦ ਭਗਤ ਸਿੰਘ ਨਗਰ ਭਾਗ ਚੌਥੇ ਦੇ ਵਿੱਚ ਜੀ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਸੰਗਰੂਰ, ਮੁਕਤਸਰ ਤੇ ਤਰਨ ਤਾਰਨ ਸਾਹਿਬ ਦੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਦੀ ਜਾਂਚ ਕੀਤੀ ਗਈ। ਕਿਉਂਕਿ ਸਖਨੈਬ ਜੀ ਇਹ ਜ਼ਿਲ੍ਹੇ ਇੰਨੇ ਜ਼ਿਆਦਾ ਤਾਂ ਆ ਗਏ ਕਿਉਂਕਿ ਪੁਰਾਣੀ ਸਰਕਾਰ ਵੇਲੇ ਕੋਈ ਜ਼ਿਲ੍ਹਾ ਬਚਿਆ ਹੀ ਨਹੀਂ ਸੀ ਜਿੱਥੇ ਇਹੋ ਜਿਹੀਆਂ ਘਟਨਾਵਾਂ ਨਹੀਂ ਹੋ ਰਹੀਆਂ ਸੀ। ਇਹੋ ਜਿਹੀਆਂ ਘਟਨਾਵਾਂ ਹਰ ਥਾਂ ਤੋਂ ਸਾਹਮਣੇ ਆ ਰਹੀਆਂ ਸੀ। ਬਾਰ ਬਾਰ ਸਰਕਾਰ ਕਹਿ ਰਹੀ ਸੀ ਕਿ ਅਸੀਂ ਕਾਬੂ ਕਰ ਲਿਆ, ਇਸ ਤੋਂ ਬਾਅਦ ਨਹੀਂ ਹੋਣਾ, ਸਖਤੀ ਕਰਤੀ, ਪਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੀ। ਇੱਕ ਗੱਲ ਹੋਰ ਜਿਹੜੀ ਮੇਰੇ ਖਿਆਲ ਦੇ ਵਿੱਚ ਸਾਡੇ ਕਈ ਸਰੋਤਿਆਂ ਨੂੰ ਵੀ ਸ਼ਾਇਦ ਨਾ ਪਤਾ ਹੋਵੇ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੈ ਜਿਹੜੀ, ਇਹ ਸਿਰਫ ਸਖਨੈਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੀ ਨਹੀਂ ਕੀਤੀ ਗਈ, ਇਹ ਸ਼੍ਰੀ ਭਗਵਦ ਗੀਤਾ ਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਵੀ ਇਹਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਸਾਨੂੰ ਸਭ ਨੂੰ ਪਤਾ ਕਿ ਮਲੇਰਕੋਟਲਾ ਦੇ ਵਿੱਚ ਜਦੋਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਦਾ ਕਨੈਕਸ਼ਨ ਬਣਾਇਆ ਗਿਆ ਸੀ ਕਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ MLA ਦਾ ਇਹਦੇ ਵਿੱਚ ਹੱਥ ਹੈ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਘਟਨਾਵਾਂ ਉਸ ਦੌਰ ਦੇ ਵਿੱਚ ਹੋਈਆਂ ਸੀ ਉਹ ਸਭ ਦੀ ਜਾਂਚ ਕੀਤੀ ਗਈ ਹੈ। ਹੁਣ ਇਹ ਜਾਂਚ ਦੇ ਵਿੱਚ ਜਿਸ ਤਰ੍ਹਾਂ ਦੇ ਅੰਦਾਜ਼ੇ ਲੱਗ ਰਹੇ ਆ ਕਿ ਅਕਾਲੀ ਦਲ ਦੀ ਸਥਿਤੀ ਬਹੁਤ ਮਾੜੀ ਬਣਨ ਵਾਲੀ ਹੈ, ਕਿਉਂਕਿ ਖਾਸ ਤੌਰ ਦੇ ਵਿੱਚ ਜੋ ਗੋਲੀ ਕਾਂਡ ਹੋਇਆ ਜਿਹਦੇ ਵਿੱਚ ਗੁਰਜੀਤ ਸਿੰਘ ਸਰਾਵਾਂ
दो सिख नौजवान जेड़े जिन्हां दी मौत होई सी ते कृष्ण भगवान सिंह न्यानी वाला ये दोनों की मौत हुई सी ए गोली दे आदेश किने दिते सी इहनू लेके एक रफड़ पिया होया कीदी परमिशन दे नाल उस गोली चलाउंदी आ हालांकि अणपछाती पुलिस हुण अणपछाती नहीं हुई क्योंकि सीधे तौर दे विच जे एफ आई आर दर्ज हो चुकी है सगनैल जी तां असीं इह नहीं कह सकदे कि हुण पुलिस अणपछाती है हुण तां सामने है किन्ना ने कीता हुण इह गल ते जाणीए गल कि किन्ना दे कहण ते कीता किन्ना दी परमिशन ते कीता जे सूई अकाली दल दे उत्ते आके खड़ गई ता अकाली दल दे लई आउण वाले जिहड़े दिन ओ बहुत माड़े हो सकदे आ जिस तरह असीं देखिआ सी कि विधान सभा तों पहला माहौल बणिआ सी ओ माहौल मैनूं लगदा लोक सभा दे विच वी किते अकाली दल दे लई क्रिएट ना हो जावे इस स्थिति नाल पंजाब दे विच बण सकदी है जी पर जिहड़ी गल कही जांदी है नवरीत जी कि अकाली दल ते कांग्रेस खास करके कैप्टन परिवार ते बादल परिवार ਇਹ ਤਾਂ ਰਲ ਕੇ ਸਰਕਾਰ ਸਰਕਾਰ ਖੇਡਦੇ ਆ ਫਿਰ ਉਹ ਗੱਲ ਦਾ ਕਿੱਧਰ ਅਸਰ ਜਾਊਗਾ ਸਖਨਾਬ ਜੀ ਅਸਰ ਤਾਂ ਹੀ ਲੋਕ ਕੋਈ ਇਹ ਤਾਂ ਨਹੀਂ ਕਿ ਲੋਕਾਂ ਦੇ ਕੋਲੇ ਕੋਈ ਜਾਂ ਮੇਰੇ ਕੋਲੇ ਕੋਈ ਸਬੂਤ ਪਏ ਆ ਪ੍ਰੂਫ ਪਏ ਆ ਲੋਕ ਘਟਨਾਵਾਂ ਦਾ ਵਿਸ਼ਲੇਸ਼ਣ ਹੀ ਤਾਂ ਕਰ ਰਹੇ ਆ ਨਾ ਜਦੋਂ ਤੁਸੀਂ ਸੀਬੀਆਈ ਬਾਰੇ ਦੋ ਸਟੈਂਡ ਰੱਖਣ ਦੇ ਕੈਪਟਨ ਅਮਰਿੰਦਰ ਸਿੰਘ ਜਦੋਂ ਬਿਕਜੀਤ ਮਜੀਠੀਆ ਦਾ ਮਸਲਾ ਆਊਗਾ ਕੈਪਟਨ ਅਮਰਿੰਦਰ ਸਿੰਘ ਕਹਿਣਗੇ ਕਿ ਸੀਬੀਆਈ ਤਾਂ ਕਿਸੇ ਕੰਮ ਦੀ ਨਹੀਂ ਪੰਜਾਬ ਪੁਲਿਸ ਕੰਮ ਦੀ ਹੈ ਤੇ ਜਦੋਂ ਮਸਲਾ ਆਊਗਾ ਉਦੋਂ ਕਹਿ ਦੇਣਗੇ ਕਿ ਸੀਬੀਆਈ ਕੰਮ ਦੀ ਆ ਪੰਜਾਬ ਪੁਲਿਸ ਕੰਮ ਦੀ ਨੀ ਤਾਂ ਫਿਰ ਲੋਕ ਤਾਂ ਕਨੈਕਸ਼ਨ ਜੋੜਨਗੇ ਨਾ ਕਿ ਭਾਈ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਕਿਉਂ ਬਚਾ ਰਹੇ ਹੋ ਪਰ ਜੇਕਰ ਇਹ ਰਿਪੋਰਟ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਤੇ ਕਾਰਵਾਈ ਕਰਦੇ ਆ ਲੋਕਾਂ ਨੇ ਆਪੇ ਕਹਿਣਾ ਹਟ ਜਾਣਾ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਇਹ ਤਾਂ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ ਉਹ ਨਾ ਮੌਕਾ ਦੇਣ ਕਿਸੇ ਨੂੰ ਇਹ ਗੱਲ ਕਹਿਣ ਦਾ ਚੰਗੀ ਤਰ੍ਹਾਂ ਜੇਕਰ ਨਾ ਆਉਂਦਾ ਬਾਦਲ ਪਰਿਵਾਰ ਦਾ ਤਾਂ ਕਾਰਵਾਈ ਕਰਨ ਪਰ ਗੱਲ ਕੀ ਹੈ ਉਹਨਾਂ ਦੇ ਆਪਦੇ ਮੰਤਰੀ ਇੱਥੇ ਪਿੱਟੀ ਜਾਂਦੇ ਆ ਨਵਜੋਤ ਸਿੰਘ ਸਿੱਧੂ ਤੇ ਹੋਰ ਬਹੁਤ ਸਾਰੇ ਤ੍ਰਿਪਤ ਰਜਿੰਦਰ ਬਾਜਵਾ ਹਾਲਾਂਕਿ ਦੋਨੇ ਆਪਸ ਦੇ ਵਿੱਚ ਇੱਕ ਦੂਜੇ ਦੇ ਕੱਟੜ ਵਿਰੋਧੀ ਆ ਪਰ ਇੱਕ ਗੱਲ ਨੂੰ ਲੈ ਕੇ ਸਾਰਾ ਤਕਰੀਬਨ ਮੰਤਰੀ ਮੰਡਲ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹਿੰਦਾ ਰਹਿੰਦਾ ਕਿ ਕਾਰਵਾਈ ਕਰੋ ਭਾਈ ਜੋ ਮਾਫੀਆ ਸੀਗਾ ਅਕਾਲੀ ਰਾਜ ਦੇ ਵੇਲੇ ਜੋ ਲੋਕ ਪਾਵਰ ਦੇ ਵਿੱਚ ਸੀ ਉਹ ਤਾਂ ਅੱਜ ਵੀ ਪਾਵਰ ਦੇ ਵਿੱਚ ਆ ਅੱਜ ਕੇਵਲ ਤੇ ਕਿਹਦਾ ਕਬਜ਼ਾ ਅੱਜ ਟਰਾਂਸਪੋਰਟ ਤੇ ਕਿਹਦਾ ਕਬਜ਼ਾ ਅੱਜ ਪੰਜਾਬ ਦੇ ਵਿੱਚ ਜਿਹੜੇ ਚੰਗੀਆਂ ਥਾਵਾਂ ਉਹਨਾਂ ਤੇ ਕਿਹਦਾ ਕਬਜ਼ਾ ਕਬਜ਼ਾ ਉਹਨਾਂ ਲੋਕਾਂ ਦਾ ਹੀ ਹੈ ਉਹ ਤੁਸੀਂ ਛੜਾਇਆ ਹੀ ਨਹੀਂ ਤੇ ਫਿਰ ਲੋਕ ਤਾਂ ਕਹਿਣਗੇ ਨਾ ਕਿ ਭਾਈ ਕੋਈ ਆਪਸ ਦੇ ਵਿੱਚ ਕੋਈ ਸਾਂਢ ਗੰਢ ਹੋਈ ਲੱਗਦੀ ਹੈ ਕਿਸੇ ਪਾਸੋਂ ਕੋਈ ਸਕੀਰੀ ਲਾਲੀ ਲੱਗਦੀ ਹੈ ਤੇ ਲੋਕਾਂ ਨੇ ਆਪੀ ਕਹਿਣਾ ਹਟ ਜਾਣਾ ਜੇ ਕਾਰਵਾਈ ਹੋਊਗੀ ਮੈਨੂੰ ਲੱਗਦਾ ਜੇਕਰ ਰਿਪੋਰਟ ਤੇ ਸਹੀ ਕਾਰਵਾਈ ਹੁੰਦੀ ਹੈ ਲੋਕਾਂ ਦੇ ਕੋਲ ਜਿਹੜੇ ਗੱਲ ਕਹਿੰਦੇ ਆ ਕੋਈ ਮੌਕਾ ਮਿਲਣਾ ਨਹੀਂ ਕੋਈ ਸਬੂਤ ਬਚਣਾ ਨਹੀਂ ਕਹਿਣ ਦਾ ਜੀ ਸੁਖਨਾ ਜੀ ਅਗਲੀ ਗੱਲ ਵੀ ਕਰ ਲਈਏ ਜੀ ਅਸੀਂ ਜਿਹੜੀ ਹੈ ਉਹ ਵੀ ਧਿਆਨ ਮੰਗਦੀ ਹੈ ਕਿਉਂਕਿ ਖਬਰਾਂ ਬਹੁਤ ਸਾਰੀਆਂ ਸਾਡੇ ਕੋਲ ਸੱਜਣੋ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਜਾਨਾਂ ਲੈ ਰਿਹਾ ਐਕਸੀਡੈਂਟ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹੋਰ ਬਥੇਰੀਆਂ ਘਟਨਾਵਾਂ ਨੇ ਮਾੜੀ ਕਿਸਾਨੀ ਹੈ ਜਿਹੜੀ ਉਹ ਮੌਤਾਂ ਦਾ ਕਾਰਨ ਬਣੀ ਹੈ ਪਰ ਹੁਣ ਖਾਣ ਪੀਣ ਸਾਰੇ ਦਾ ਸਾਰਾ ਨਕਲੀ ਹੈ ਜੀ ਦੁੱਧ ਹੈ ਜਿਹੜਾ ਸਾਹਮਣੇ ਆ ਗਿਆ ਇੱਕ ਵੱਡਾ ਮਸਲਾ ਜੀ ਅਸੀਂ ਪਹਿਲਾਂ ਵੀ ਤੁਹਾਡੇ ਸ਼ੋਅ ਦੇ ਵਿੱਚ ਇੱਕ ਵਾਰ ਗੱਲ ਕੀਤੀ ਸੀ ਕਿ ਚਿੱਟਾ ਤਾਂ ਸਾਨੂੰ ਮਾਰ ਹੀ ਰਿਹਾ ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਪਰ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਚਿੱਟੇ ਨਾਲੋਂ ਵੀ ਵੱਧ ਮਾਰ ਰਹੀਆਂ ਚਿੱਟੇ ਵਾਲੇ ਦਾ ਤਾਂ ਪਤਾ ਹੈ ਕਿ ਫਲਾਨਾ ਬੰਦਾ ਕਰ ਰਿਹਾ ਪਰ ਸਾਡੇ ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਤਾਂ ਇਹ ਪਤਾ ਨਹੀਂ ਨਾ ਜਾਂ ਉਹਨਾਂ ਦੇ ਮਾਂ ਬਾਪ ਨੂੰ ਤਾਂ ਇਹ ਗੱਲ ਪਤਾ ਨਹੀਂ ਨਾ ਕਿ ਉਹ ਕਿੰਨਾ ਜ਼ਹਿਰ ਦੇ ਰਹੇ ਆਪਦੇ ਬੱਚਿਆਂ ਨੂੰ ਕਿਸਾਨ ਰੋ ਰਿਹਾ ਕਿ ਦੁੱਧ ਦੀ ਕੀਮਤ ਨਹੀਂ ਮਿਲ ਰਹੀ ਸ਼ਹਿਰਾਂ ਵਾਲੇ ਕਹਿ ਰਹੇ ਆ ਕਿ ਦੁੱਧ ਬਹੁਤ ਜ਼ਿਆਦਾ ਮਹਿੰਗਾ ਆ ਰਿਹਾ ਇਹ ਕਿਉਂ ਹੈ ਇੰਨਾ ਖਲਾਸ ਇਹ ਖਲਾਸ ਸਖਨੈਬ ਜੀ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਕਲੀ ਦੁੱਧ ਬਣ ਰਿਹਾ ਮੈਂ ਬਹੁਤ ਵਾਰ ਉਦਾਹਰਨ ਦਿੰਦਾ ਹੁੰਦਾ ਕਿ ਬਾਲਦ ਕਲਾਂ ਸੰਗਰੂਰ ਦੇ ਵਿੱਚ ਇੱਕ ਪਿੰਡ ਸੀ ਹਰ ਰੋਜ਼ 4,000 ਲੀਟਰ ਦੁੱਧ ਨਕਲੀ ਬਣ ਕੇ ਜਾਂਦਾ ਹੁੰਦਾ ਤੇ ਅੱਜ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਮੁਹਿੰਮ ਪਹਿਲਾਂ ਦੀ ਸ਼ੁਰੂ ਕੀਤੀ ਹੈ ਕਾਰਵਾਈ ਅੱਜ ਇੱਕ ਹੋਈ ਹੈ ਮੁਹਿੰਮ ਦਾ ਨਾਮ ਹੈ ਤੰਦਰੁਸਤ ਪੰਜਾਬ ਜਿਹਦੇ ਵਿੱਚ ਬੂਟੇ ਵੀ ਲਵਾਏ ਜਾ ਰਹੇ ਹੈ ਤੇ ਜਿਹਦੇ ਵਿੱਚ ਛਾਪੇ ਵੀ ਮਾਰੇ ਜਾ ਰਹੇ ਹੈ ਕਿ ਕਿੱਥੇ ਭਾਈ ਨਕਲੀ ਦੁੱਧ ਹੈ ਅਸੀਂ ਸਰਕਾਰ ਦੀ ਆਲੋਚਨਾ ਕਰਦੇ ਹਾਂ
ਤੇ ਕਰਨੀ ਚਾਹੀਦੀ ਵੀ ਹੈ, ਪਰ ਜੋ ਕੰਮ ਜਿੱਥੇ ਚੰਗਾ ਕਰਦੀ ਹੈ ਸਰਕਾਰ ਉਹਦੀ ਤਾਰੀਫ ਕਰਨੀ ਬਣਦੀ ਹੈ। ਜਿਸ ਤਰ੍ਹਾਂ ਦੀ ਛਾਪੇਮਾਰੀ ਸਖਨੈਬ ਦੀ ਹੋ ਰਹੀ ਹੈ ਉਹ ਚੰਗਾ ਸੰਕੇਤ ਹੈ। ਘੱਟੋ ਘੱਟ ਜਿਹੜੇ ਲੋਕ ਮਿਲਾਵਟ ਕਰਦੇ ਹੈ ਉਹਨਾਂ ਨੂੰ ਜੇਕਰ ਸਜ਼ਾ ਮਿਲੂਗੀ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਸੰਕੇਤ ਜਾਊਗਾ। ਸਖਨੈਬ ਜੀ, ਬਾਘਾ ਪੁਰਾਣਾ ਇੱਕ ਨਿੱਕਾ ਜਿਹਾ ਕਸਬਾ ਹੈ, ਆਪਾਂ ਸਾਰੇ ਜਾਣਦੇ ਹਾਂ, ਆਪਣੇ ਵਾਲੇ ਪਾਸੇ ਹੀ ਹੈ। ਉੱਥੇ ਇੱਕ ਮਸ਼ਹੂਰ ਵਿਸ਼ਨੂੰ ਡੇਅਰੀ ਹੈ ਜੀ, ਵਿਸ਼ਨੂੰ ਡੇਅਰੀ। ਜਿਹੜੇ ਸੱਜਣ, ਕਿਉਂਕਿ ਮੋਗੇ ਦੇ NRI ਬਹੁਤ ਹੈ, ਸ਼ਾਇਦ ਕਿਸੇ NRI ਸੱਜਣ ਨੇ ਵੀ ਕਦੇ ਆ ਕੇ ਉੱਥੇ ਗੇੜਾ ਮਾਰਿਆ ਹੋਵੇ, ਉਹ ਕਾਫੀ ਮਸ਼ਹੂਰ ਹੈ ਜੀ। ਅੱਜ ਉਹਨਾਂ ਦੇ ਉੱਥੇ ਛਾਪਾ ਮਾਰਿਆ ਗਿਆ ਤੇ 2750 ਕਿਲੋ ਨਕਲੀ ਘਿਓ, 200 ਕਿਲੋ ਨਕਲੀ ਪਨੀਰ ਤੇ 325 ਕਿਲੋ ਨਕਲੀ ਦਹੀਂ ਫੜਿਆ ਗਿਆ ਜੀ। ਇਹ ਨਕਲੀ ਚੀਜ਼ਾਂ ਜਿਹੜੀਆਂ ਇਹ ਮੇਰੇ ਜ਼ਹਿਰ ਆ, ਦੁੱਧ ਦੇ ਵਿੱਚ ਪਾਣੀ ਮਿਲਾ ਦੇ ਦੁੱਧੀ, ਉਹਦਾ ਕੋਈ ਨੁਕਸਾਨ ਨੀ ਹੋਣ ਵਾਲਾ, ਠੀਕ ਹੈ, ਬੜਾ ਫਾਇਦਾ ਨੀ ਕਰੂਗਾ, ਕੋਈ ਨੁਕਸਾਨ ਨੀ ਕਰਦਾ, ਪਰ ਜੇ ਉਸੇ ਦੁੱਧ ਨੂੰ ਬਣਾਓ, ਉਹ ਦੁੱਧ ਤਿਆਰ ਹੀ ਤਰਕ ਤੋਂ ਹੋਵੇ, ਜਿਹਦੇ ਨਾਲ ਅਸੀਂ ਕੱਪੜੇ ਧੋਣੇ ਹੁੰਦੇ ਆ, ਯੂਰੀਆ ਦੇ ਨਾਲ ਹੋਵੇ, ਜਿਹੜੀ ਅਸੀਂ ਖੇਤਾਂ ਦੇ ਵਿੱਚ ਕਹੀ ਜਾਂਦੇ ਹਾਂ ਵੀ ਭਾਈ 2 ਗੱਟਿਆਂ ਤੋਂ ਵੱਧ ਨਾ ਸਿੱਟੋ ਝੋਨੇ ਦੇ ਵਿੱਚ, ਇਹ ਨੁਕਸਾਨ ਕਰਦੀ ਹੈ, ਉਸੇ ਦੇ ਨਾਲ ਹੋਵੇ ਤੇ ਫਿਰ ਇਹ ਦੁੱਧ ਕਿੰਨਾ ਹਾਨੀਕਾਰਕ ਹੋਊਗਾ। ਇਸੇ ਤਰ੍ਹਾਂ ਪਟਿਆਲਾ ਦਾ ਇੱਕ ਕਸਬਾ ਪੈਂਦਾ ਜੀ ਦੇਵੀਗੜ੍ਹ, ਉਹਦੇ ਵਿੱਚ ਵੀ ਇੱਕ ਛਾਪਾ ਮਾਰਿਆ ਗਿਆ ਸਖਨੈਬ ਜੀ। ਉੱਥੇ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਦਿਲ ਕੰਬਾਊ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ। ਅਸੀਂ ਪੰਜਾਬ ਦੇ ਵਿੱਚ ਸਖਨੈਬ ਜੀ ਕਿਸੇ ਦੇ ਵਿਆਹ ਤੇ ਜਾਵੜੀਏ ਤੇ ਸਾਡੇ ਲੋਕਾਂ ਦੀ ਪਸੰਦੀਦਾ ਚੀਜ਼ ਪਨੀਰ ਦੇ ਪਕੌੜੇ ਹੁੰਦੀ ਆ। ਜੇ ਕਿਸੇ ਰਿਸ਼ਤੇਦਾਰੀ ਚ ਵੀ ਮਿਲਣ ਜਾਗੇ ਤੇ ਕੋਈ ਪਨੀਰ ਦੇ ਪਕੌੜੇ ਧਰਦੇ ਆ ਕੇ ਰਾਹ ਚ ਆਉਂਦੇ ਵੀ 3-4 ਵਾਰੀ ਗੱਲ ਕਰਦੇ ਵੀ ਫਲਾਨਾ ਨੇ ਪਨੀਰ ਦੇ ਪਕੌੜੇ ਧਰੇ ਸੀ, ਤੇ ਜਦਕਿ ਸੱਚ ਇਹ ਹੈ ਕਿ ਮਾਰਕੀਟ ਦੇ ਵਿੱਚ ਆਉਣ ਵਾਲਾ ਲਗਭਗ 50% ਪਨੀਰ ਆ ਜਿਹੜਾ ਉਹ ਨਕਲੀ ਹੈ, ਉਹ ਜਲਦੀ ਹੈ, ਉਹ ਜ਼ਹਿਰੀਲਾ। ਹੁਣ ਪਟਿਆਲਾ ਤੋਂ ਜਿਹੜਾ ਕਸਬਾ ਦੇਵੀਗੜ੍ਹ ਹੈ ਇੱਥੇ ਛਾਪਾ ਮਾਰ ਕੇ 7000 ਲੀਟਰ ਨਕਲੀ ਦੁੱਧ ਹੈ ਸਖਨੈਬ ਜੀ, 20 ਕੁਆਂਟਲ ਨਕਲੀ ਪਨੀਰ ਹੈ, 43 ਕਿਲੋ ਨਕਲੀ ਘਿਓ ਹੈ, ਤੇ ਟਣਾਂ ਦੇ ਹਿਸਾਬ ਦੇ ਨਾਲ ਉਹ ਕੈਮੀਕਲ ਫੜੇ ਗਏ ਹੈ ਟਣਾਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਦੁੱਧ ਤਿਆਰ ਕੀਤਾ ਜਾਂਦਾ। ਇੰਨੀ ਜ਼ਿਆਦਾ ਮਿਲਾਵਟ, ਹੁਣ ਇਹ ਤਾਂ 2 ਡੇਅਰੀਆਂ ਦਾ ਹਾਲ ਹੈ ਜੀ, ਬਾਕੀ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਤੇ ਉਹ ਵੀ ਉਦੋਂ ਜਦੋਂ 1 ਮਹੀਨੇ ਤੋਂ ਛਾਪੇ ਪੈ ਰਹੇ ਆ, 1 ਮਹੀਨੇ ਤੋਂ ਲਗਾਤਾਰ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ, ਚੈਕਿੰਗ ਹੋ ਰਹੀ ਹੈ, ਉਹਦੇ ਬਾਵਜੂਦ ਵੀ ਐਡੀ ਵੱਡੀ ਖੇਤ ਫੜੀ ਜਾਂਦੀ ਹੈ। ਇਹ 7000 ਲੀਟਰ ਸਖਨੈਬ ਜੀ ਅਸੀਂ ਦੁੱਧ ਨਾ ਮੰਨੀਏ, ਇਹ 7000 ਲੀਟਰ ਚਿੱਟਾ ਜਾਂ ਜਿਹੜਾ 2750 ਕਿਲੋ ਨਕਲੀ, ਅਸੀਂ ਉੱਪਰ ਮੈਂ ਪਹਿਲਾਂ ਕਿਹਾ 2750 ਕਿਲੋ ਨਕਲੀ ਘਿਓ ਹੈ, ਇਹ ਵੀ ਨਕਲੀ ਜਿਹੜਾ ਘਿਓ ਨੀ ਇਹ ਵੀ ਚਿੱਟਾ ਹੈ। ਇਹ ਮੇਰੀ ਜ਼ਹਿਰ ਹੈ ਜਿਹੜੀ ਪੰਜਾਬ ਨੂੰ ਮਾਰ ਰਹੀ ਹੈ। ਅਸੀਂ ਇੱਕ ਪਾਸੇ ਹਸਪਤਾਲਾਂ ਦੇ ਗੇੜੇ ਆ ਜਿਹੜੇ ਉਹ ਸਾਡੇ ਲੋਕ ਲਾ ਰਹੇ ਆ, ਕੈਂਸਰ ਟ੍ਰੇਨ ਚੱਲ ਰਹੀ ਹੈ, ਨਿੱਕੇ ਨਿੱਕੇ ਜਵਾਕ ਆ ਜਿਹੜੇ, ਕਿਸੇ ਨੂੰ ਸ਼ੂਗਰ ਹੋ ਰਿਹਾ, ਕਿਸੇ ਨੂੰ ਹਾਰਟ ਬੀਟ ਕਿਸੇ ਦੀ ਵੱਧ ਰਹੀ ਹੈ, ਕੋਈ ਜਾ ਰਿਹਾ ਕਿ ਮੇਰੀ ਕਿਡਨੀ ਦਾ ਸਾਈਜ਼ ਵੱਧ ਗਿਆ, ਬਹੁਤ ਸਮੱਸਿਆਵਾਂ ਆ ਰਹੀਆਂ। ਕਾਰਨ ਸਖਨੈਬ ਜੀ ਇਹੀ ਹੈ ਕਿ ਨਕਲੀ ਦੁੱਧ ਹੈ, ਨਕਲੀ ਚੀਜ਼ਾਂ ਜਿਹੜੀਆਂ ਉਹ ਖਾਂਦੇ ਆ। ਕੋਈ ਜਿਵੇਂ ਅਸੀਂ ਪਹਿਲਾਂ ਕਹਿ ਕੇ ਹਟਿਆ ਵੀ ਸਬਜ਼ੀਆਂ ਦੇ ਟੀਕੇ ਲਾਈ ਜਾਂਦੇ ਆ, ਜਿਹਨੂੰ ਵੈਸੇ ਲਵ ਹਾਰਮੋਨ ਕਿਹਾ ਜਾਂਦਾ ਹੈ, ਅਜਿਹੇ ਕੈਮੀਕਲਾਂ ਦੇ ਟੀਕੇ ਸਬਜ਼ੀਆਂ ਨੂੰ ਲੱਗੀ ਜਾਂਦੇ ਆ, ਕੋਈ ਪਸ਼ੂਆਂ ਨੂੰ ਲਾਈ ਜਾਂਦਾ, ਤੇ ਕਈ ਉਦੋਂ ਵੀ ਗਾਹ ਟੱਪ ਜਾਂਦੇ ਆ, ਉਹ ਸਿੱਧਾ ਹੀ ਨਕਲੀ ਤਿਆਰ ਕਰ ਦਿੰਦੇ ਆ। ਇਹੋ ਜਿਹੀ ਚੀਜ਼ਾਂ ਤੇ ਸਖ਼ਤੀ ਸ਼ੁਰੂ ਹੋਈ ਆ, ਮੇਰੇ ਖਿਆਲ ਚ ਸ਼ੁਭ ਸੰਕੇਤ ਹੈ, ਪਰ ਇਹ ਕਾਰਵਾਈ ਦਬਣੀ ਨੀ ਚਾਹੀਦੀ। ਇਹ ਕਾਰਵਾਈ ਇਸੇ ਤਰ੍ਹਾਂ ਚੱਲਦੀ ਰਹੇ ਤਾਂ ਪੰਜਾਬ ਦੇ ਲਈ ਕੋਈ ਚੰਗੀ ਖ਼ਬਰ ਕਿਸੇ ਪਾਸੋਂ ਜ਼ਰੂਰ ਆ ਸਕਦੀ ਹੈ ਜੀ ਸਖਨੈਬ ਜੀ। ਜੀ, ਪਰ ਅਗਲੀ ਗੱਲ ਜੇ ਅਸੀਂ ਕਰੀਏ ਨਵਰੀਤ ਬਾਈ, ਤਾਂ ਇਹ ਵੀ ਕਾਫੀ ਅਹਿਮ ਹੈ ਕਿ ਪੰਜਾਬ ਦੇ ਨਾਲ ਨਾਲ ਕੁਛ ਹੋਰ ਗੱਲਾਂ ਜਿਹੜੀਆਂ ਜੁੜੀਆਂ ਤੇ ਜਿਨ੍ਹਾਂ ਦੀ ਚਰਚਾ ਹੋਣੀ ਲਾਜ਼ਮੀ ਹੈ, ਉਹ ਹੈ ਇਲੈਕਸ਼ਨ। ਇਕੱਲੇ ਪੰਜਾਬ ਦੇ ਨਾਲ ਨਹੀਂ, ਭਾਰਤ ਦੇ ਨਾਲ ਵੀ ਜੁੜੀਏ ਤੇ ਦੁਨੀਆਂ ਦੇ ਵਿੱਚ ਬੈਠੇ ਹੋਏ ਪੰਜਾਬੀ ਵੀ ਨਜ਼ਰ ਮਾਰਦੇ ਆ। ਅਗਸਤ ਚੱਲੀ ਜਾਂਦਾ ਜੀ, ਕਹਿੰਦੇ ਹੁੰਦੇ ਕਿ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ, ਹੁਣ ਕਿਹਾ ਜਾਂਦਾ ਕਿ ਦਸੰਬਰ ਦੇ ਵਿੱਚ ਚੋਣਾਂ ਹੋ ਸਕਦੀਆਂ, ਤੇ ਜੇ ਲੋਕ ਸਭਾ ਦੀਆਂ ਚੋਣਾਂ ਦਸੰਬਰ ਦੇ ਵਿੱਚ ਹੋ ਗਈਆਂ ਤਾਂ ਫਿਰ ਢਾਂਚਾ ਢੂੰਚਾ ਤਾਂ ਪੂਰਾ ਤਿਆਰ ਹੀ ਨਹੀਂ ਜੀ, ਬਾਕੀ ਪਾਰਟੀਆਂ ਦਾ ਹਜੇ ਤਾਂ ਸਮਝੌਤੇ ਕਰਦੇ ਫਿਰਦੇ ਰਾਹੁਲ ਗਾਂਧੀ ਹੋਰੇ ਤਾਂ।
ਸੁਖਨੈਬ ਜੀ, ਸਮਝੌਤੇ ਤਾਂ ਲੀਡਰਾਂ ਦੇ ਹੱਥ ਵਿਚ ਹੁੰਦੇ ਆ, ਅੰਦਰ ਵੜ ਕੇ ਚਾਹ ਪੀਣ ਵੜਦੇ ਆ ਤੇ ਜਦੋਂ ਬਾਹਰ ਨਿਕਲਦੇ ਆ ਦੋਨੇ ਇਕੱਠੇ ਹੱਥ ਲਾਉਂਦੇ ਹੁੰਦੇ ਆ ਵੀ ਭਾਈ ਸਮਝੌਤਾ ਹੋ ਗਿਆ, ਇਲੈਕਸ਼ਨ ਅਸੀਂ ਐਵੇਂ ਲੜਾਂਗੇ। ਸਮਝੌਤੇ ਤਾਂ ਮਿੰਟਾਂ ਚ ਹੋ ਜਾਣਗੇ, ਇਹਦੀ ਕੋਈ ਐਡੀ ਸਮੱਸਿਆ ਨਹੀਂ ਹੈਗੀ, ਕਿਉਂਕਿ ਸਥਿਤੀ ਸਭ ਨੂੰ ਪਤਾ ਭਾਰਤ ਦੇ ਵਿਚ ਕੀ ਆ। ਇਹ ਇਲੈਕਸ਼ਨ ਸਿੱਧੇ ਤੌਰ ਤੇ ਨਰਿੰਦਰ ਮੋਦੀ ਵਰਸਸ ਔਲ, ਸਾਰਿਆਂ ਨੇ ਮਿਲ ਕੇ ਲੜਨੀ ਹੈ, ਸਿਰਫ ਕੁਛ ਕੁ ਦਲ ਬਚਣਗੇ ਜਿਵੇਂ ਕਿ ਅਕਾਲੀ ਦਲ ਹੈ ਜਿਹੜਾ। ਇਹਦੇ ਬਾਰੇ ਸਥਿਤੀ ਸਪਸ਼ਟ ਹੈ ਕਿ ਅਕਾਲੀ ਦਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮਿਲ ਕੇ ਹੀ ਇਲੈਕਸ਼ਨ ਲੜੂਗਾ। ਬਿਹਾਰ ਦਾ ਪਤਾ ਸਪਸ਼ਟ ਹੈ, ਕਈ ਸੂਬਿਆਂ ਦਾ ਪਤਾ ਵੀ ਨਿਤੀਸ਼ ਕੁਮਾਰ ਦਾ ਜਿਵੇਂ ਸਪਸ਼ਟ ਹੈ ਬਿਹਾਰ ਦਾ। ਬਾਕੀ ਗਠਬੰਧਨ ਹੋ ਜਾਣਗੇ, ਪਰ ਜਿਹੜਾ ਗੱਲ ਆ ਕਿ ਦਸੰਬਰ ਦੇ ਵਿੱਚ ਕਿਵੇਂ ਹੋ ਰਹੇ ਆ, ਦਰਅਸਲ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਰਾਵਤ, ਉਹਨਾਂ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਦਸੰਬਰ ਦੇ ਵਿੱਚ ਇਲੈਕਸ਼ਨ ਹੁੰਦੇ ਆ, ਸਰਕਾਰ ਕਹਿ ਰਹੀ ਹੈ ਕੀ ਤੁਸੀਂ ਤਿਆਰ ਹੋ, ਤਾਂ ਉਹ ਕਹਿੰਦੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ, ਦਸੰਬਰ ਦੇ ਵਿੱਚ ਇਲੈਕਸ਼ਨ ਹੁੰਦੇ ਆ ਤਾਂ ਅਸੀਂ ਤਿਆਰ ਹੈ। ਤੇ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਸੀ ਵੀ ਕਿੰਨੇ ਸੂਬਿਆਂ ਦੇ ਇਲੈਕਸ਼ਨ ਆ ਜਿਹੜੇ ਜੇਕਰ ਨਾਲ ਹੋ ਜਾਣ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਉਹ ਕਹਿੰਦੇ ਸਾਰੇ ਭਾਰਤ ਦੀ ਤਾਂ ਗੱਲ ਪੋਸੀਬਲ ਨਹੀਂ, ਪਰ ਚਾਰ ਪੰਜ ਸੂਬਿਆਂ ਦੇ ਇਲੈਕਸ਼ਨ ਨਾਲ ਆ ਜਾਂਦੇ ਆ ਤਾਂ ਉਹਦੀ ਸਾਨੂੰ ਕੋਈ ਵੀ ਸਮੱਸਿਆ ਨਹੀਂ, ਅਸੀਂ ਬੜੇ ਆਰਾਮ ਦੇ ਨਾਲ ਕਰਵਾ ਸਕਦੇ ਹਾਂ। ਹੁਣ ਪਹਿਲਾਂ ਇੱਕ ਪਾਸੇ ਭਾਰਤ ਦੇ ਵਿੱਚ ਰੌਲਾ ਪਾਇਆ ਜਾ ਰਿਹਾ ਸੀ ਕਿ ਸਾਰੇ ਭਾਰਤ ਦੇ ਇਲੈਕਸ਼ਨ ਇਕੱਠੇ ਹੋਣਗੇ, ਮੈਨੂੰ ਲੱਗਦਾ ਪ੍ਰੈਕਟੀਕਲੀ ਇਹ ਗੱਲ ਸੰਭਵ ਨਹੀਂ ਸੀ, ਸਰਕਾਰ ਇਕੱਲੀ ਸ਼ੁਰਲੀ ਛੱਡ ਰਹੀ ਸੀ, ਇਦੋਂ ਵੱਧ ਕੇ ਕੁਛ ਨਹੀਂ ਸੀ। ਸੁਖਨੈਲ ਜੀ, ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਇਹੋ ਜਿਹੀਆਂ ਜਿਹੜੀਆਂ ਸਮਝੌਤੇ ਕਰਕੇ ਬਣਦੀਆਂ ਤੇ ਇੱਕ ਲੀਡਰ ਹੈ ਜਿਹੜਾ ਉਹਦਾ ਰੁਸਣ ਲੱਗੇਗਾ ਹੀ ਨਹੀਂ ਪਤਾ ਲੱਗਦਾ ਵੀ ਕਿਹੜੀ ਗੱਲ ਕਰੋ ਸਿੱਧੇ, ਤੇ ਉੱਥੇ ਜੇ ਸਰਕਾਰ ਟੁੱਟ ਗਈ ਫਿਰ ਬਾਕੀ ਭਾਰਤ ਉਹਦਾ ਨੁਕਸਾਨ ਕਿਉਂ ਝੱਲੇ। ਇਹੋ ਜਿਹੀਆਂ ਕਈ ਪ੍ਰੈਕਟੀਕਲ ਗੱਲਾਂ ਸੀਗੀਆਂ ਜਿਹਦੇ ਨੂੰ ਲੈ ਕੇ ਇਹ ਗੱਲ ਸਪਸ਼ਟ ਲਗਭਗ ਹੈਗੀ ਹੈ ਕਿ ਸਾਰੇ ਭਾਰਤ ਦੇ ਇਲੈਕਸ਼ਨ ਇਕੱਠੇ ਨਹੀਂ ਆ ਸਕਦੇ। ਪਰ ਸੁਖਨੈਲ ਜੀ, ਇਹ ਸੱਚ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਡੀ ਕੁ ਮਾੜੀ ਸਥਿਤੀ ਇਸ ਸਮੇਂ ਰਾਜਸਥਾਨ ਚ ਹੈ, ਜਿੱਡੀ ਕੁ ਮਾੜੀ ਸਥਿਤੀ ਮੱਧ ਪ੍ਰਦੇਸ਼ ਚ ਹੈ, ਛੱਤੀਸਗੜ੍ਹ ਚ ਹੈ, ਉਹਨਾਂ ਤੋਂ ਇਹ ਗੱਲ ਸਪਸ਼ਟ ਲੱਗਦੀ ਆ ਵੀ ਐਤਕੀ ਇਹ ਤਿੰਨੋਂ ਜਿਹੜੀਆਂ ਸਟੇਟਾਂ ਹੈਗੀਆਂ ਇਹਦੇ ਵਿੱਚ ਬੀਜੇਪੀ ਪ੍ਰਧਾਨ ਮੰਤਰੀ ਮੋਦੀ ਦਾ ਪੱਲਾ ਫੜ ਕੇ ਹੀ ਲਾਵਾਂ ਲੈਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਵੀ ਸਾਡਾ ਜੇਕਰ ਬੇੜਾ ਪਾਰ ਕਰਨਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਕਰਨਾ, ਤੇ ਇਹਦੇ ਵਾਲੀ ਕਿਸ਼ਤੀ ਚ ਬਹਿ ਜਾਓ ਅਸੀਂ ਵੀ ਤਰ ਜਾਂਗੇ, ਕਿਉਂਕਿ ਆਪਦੀ ਸਥਿਤੀ ਸਾਰਿਆਂ ਦੀ ਜਿੰਨੀ ਮਾੜੀ ਕਹਿ ਦੋ ਤੁਸੀਂ ਉਨੀ ਮਾੜੀ ਹੈ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਜਦੋਂ ਤੋਂ ਆਪਦੇ ਕਿਸਾਨਾਂ ਤੇ ਗੋਲੀ ਚਲਾਈ ਹੈ ਉਦੋਂ ਤੋਂ ਕਿਸਾਨਾਂ ਦੇ ਵਿੱਚ ਸ਼ਿਵਰਾਜ ਚੌਹਾਨ ਦਾ ਜਿਹੜਾ ਹੱਥ ਹੈ ਉਹ ਬਹੁਤ ਵਿਗੜ ਚੁੱਕਿਆ। ਰਾਜਸਥਾਨ ਦੇ ਵਿੱਚ ਅਸੀਂ ਦੇਖ ਹੀ ਚੁੱਕੇ ਹਾਂ, ਦੋ ਤਿੰਨ ਇਲੈਕਸ਼ਨ ਹੋਏ ਹੈ ਤੇ ਮੌਬ ਲਿੰਚਿੰਗ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ, ਜਿਸ ਤਰ੍ਹਾਂ ਅਕਬਰ ਖਾਨ ਹੈ ਜਿਹੜਾ ਉਹਨੂੰ ਫੜ ਕੇ ਮਾਰ ਦਿੱਤਾ ਗਿਆ, ਪਹਿਲਾਂ ਉਹਨੂੰ ਲੋਕਾਂ ਨੇ ਕੁੱਟਿਆ ਫਿਰ ਪੁਲਿਸ ਨੇ ਕੁੱਟਿਆ, ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਖਰਾਬ ਹੈ, ਇਸ ਕਰਕੇ ਇਲੈਕਸ਼ਨ ਆ ਸਕਦੇ ਹੈ ਦਸੰਬਰ ਦੇ ਵਿੱਚ। ਭਾਰਤੀ ਜਨਤਾ ਪਾਰਟੀ ਦੇ ਲੋਕ ਵੀ ਕਹਿ ਰਹੇ ਹੈ ਤੇ ਅੱਜ ਜਦੋਂ ਚੋਣ ਆਯੋਗ ਨੇ ਵੀ ਕਹਿਤਾ ਵੀ ਅਸੀਂ ਤਾਂ ਭਾਈ ਪੂਰੀ ਤਰ੍ਹਾਂ ਤਿਆਰ ਹਾਂ, ਤੁਸੀਂ ਭਾਵੇਂ ਦਸੰਬਰ ਚ ਕਹੋਗੇ ਦਸੰਬਰ ਚ ਕਰਾ ਲਾਂਗੇ, ਇਸ ਗੱਲ ਨੂੰ ਬਹੁਤ ਜ਼ਿਆਦਾ ਬਲ ਮਿਲਿਆ। ਪਰ ਜਿੱਥੋਂ ਤੱਕ ਗੱਲ ਸੁਖਨੈਲ ਜੀ ਪੰਜਾਬ ਦੀ ਕਰ ਲਈਏ, ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਵੇਂ ਖਿੰਡੇ ਪੁੰਡੇ ਪਏ ਆ, ਆਮ ਆਦਮੀ ਪਾਰਟੀ ਆਪਣੇ ਭਾਂਡੇ ਖਿਲਾਰੇ ਆ ਜਿਸ ਤਰ੍ਹਾਂ, ਤੇ ਅਕਾਲੀ ਦਲ ਦੇ ਭਾਂਡੇ ਜੇਕਰ ਵਿਧਾਨ ਸਭਾ ਦੇ ਵਿੱਚ ਜਦੋਂ ਰਿਪੋਰਟ ਧਰਨੀ ਆ ਉਹ ਤੋਂ ਬਾਅਦ ਇਕੱਠੇ ਰਹਿ ਗਏ ਜਾਂ ਨਹੀਂ ਵੀ ਰਹੇ, ਜੇਕਰ ਉਹ ਰਿਪੋਰਟ ਦੇ ਵਿੱਚ ਵਿਧਾਨ ਸਭਾ ਤੇ ਉਂਗਲ ਉੱਠ ਖੜੀ, ਪੰਜਾਬ ਦੇ ਵਿੱਚ ਕਾਂਗਰਸ ਨੂੰ ਸਿੱਧਾ ਫਾਇਦਾ ਜਾਂ ਮਿਲ ਸਕਦਾ ਕਿ ਕਾਂਗਰਸ ਕੁਛ ਚੱਲਦਾ ਥੋੜਾ ਬਹੁਤਾ ਵੀ ਹੋਰ ਕਰ ਲਵੇ ਜੀ। ਸੁਖਨੈਲ ਜੀ ਜੀ, ਬਾਈ ਕੁਲਵੀਰ ਹੋ ਰਿਹਾ ਕਹਿੰਦੇ ਧੰਨਵਾਦ ਕਰਦੇ ਆ ਜੀ ਨਵਰੀਤ ਦਾ, ਕਹਿੰਦੇ ਤੁਸੀਂ ਉਹਨਾਂ ਨੂੰ ਲੈ ਕੇ ਆਓ, ਮੇਰਾ ਧੰਨਵਾਦ ਮੇਰਾ ਕਰ ਦਿਓ ਤੁਹਾਡੇ ਲਿਆਉਣ ਤੇ, ਕਹਿੰਦੇ ਵਧੀਆ ਜਾਣਕਾਰੀ ਦੇ ਰਹੇ ਨੇ ਵਧੀਆ। ਮੈਂ ਤਾਂ ਹੀ ਤੁਹਾਨੂੰ ਦੱਸਤਾ ਕਿ ਜਦੋਂ ਰੇਡਰ ਰੇਡ ਲੈ ਕੇ ਆਉਂਦਾ ਨਾ ਤਾਂ ਕੋਲੇ ਬੈਠਾ ਕੋਈ ਨਾ ਕੋਈ ਬੰਦਾ ਕਹਿੰਦਾ ਵੀ ਇਹ ਬੰਦੇ ਨੂੰ 100 ਰੁਪਇਆ ਦਿੰਦਾ, ਜੇ ਤਾਂ ਨਾਲ ਦੀ ਨਾਲ ਮਿਲ ਜੇ ਤਾਂ ਮਿਲ ਜਾਂਦਾ ਜੀ, ਨਹੀਂ ਪਾਸੇ ਹੀ ਰਹਿ ਜਾਂਦਾ, ਫਿਰ ਤਾਂ ਉੱਥੇ ਕਮੈਂਟਰੀ ਕਮੁੰਟਰੀ ਕਰਨ ਵਾਲਿਆਂ ਦੀ ਜੇਬ ਜੂਬ ਚ ਪੈ ਜਾਂਦਾ, ਇਸ ਕਰਕੇ ਇਨਾਮ ਆਪਦਾ ਕਬੂਲ ਕਰੋ ਜੀ। ਖੈਰ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋ ਬਹੁਤ ਧੰਨਵਾਦ। ਤੇ ਨਵਰੀਤ ਭਾਈ ਆਪਾਂ ਅਗਲੀ ਗੱਲ ਕਰੀਏ, ਅਹਿਮ ਮੁੱਦਾ ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ ਹੋਰੇ ਅੱਜ ਪੰਡੋਰੀ ਹੋਰਾਂ ਦੇ ਪਿਤਾ ਜੀ ਦਾ ਜਿਹੜਾ ਦੇਹਾਂਤ ਹੋਇਆ ਸੀ ਉੱਥੇ ਅਫਸੋਸ ਕਰਨ ਪਹੁੰਚੇ, ਮੀਡੀਆ ਵਾਲਿਆਂ ਨੇ ਮਾਈਕ ਮੂਹਰੇ ਕਰ ਹੀ ਦੇਣੇ ਹੁੰਦੇ, ਫਿਰ ਉੱਥੇ ਉਨ੍ਹਾਂ ਨੇ ਜਿਹੜੀ ਗੱਲ ਆਖੀ ਹੈ ਭਗਵੰਤ ਮਾਨ ਹੋਰਾਂ ਦੇ ਵੱਲੋਂ ਕਰਾਏ ਗਏ ਕੇਸ ਜਾਂ ਉਨ੍ਹਾਂ ਦੇ ਗਨਮੈਨ ਦੇ ਵੱਲੋਂ ਕਰਾਏ ਗਏ ਕੇਸ ਦਰਜ ਦੇ ਬਾਰੇ, ਉਹਦੇ ਬਾਰੇ ਕੀ ਅਪਡੇਟ ਹੈ?
ਹੋਰ ਵੀ ਕੁਛ ਦੱਸ ਦਿਓ ਜੋ ਆਮ ਆਦਮੀ ਪਾਰਟੀ ਦਾ ਰੌਲਾ ਰੱਪਾ। ਬਾਕੀ ਵੀ ਨਿਬੇੜ ਦਿਓ ਮੈਂ ਗੱਲ ਆਮ ਆਦਮੀ ਪਾਰਟੀ ਦੀ ਜੇ ਕੋਈ ਹੋਰ ਅਪਡੇਟ ਨੇ, ਕਿਉਂਕਿ ਉਹ ਥੋੜੇ ਜੇ ਤੇਵਰ ਬਦਲੇ ਬਦਲੇ ਲੱਗਦੇ ਆ। ਜੀ ਬਿਲਕੁਲ ਜੀ, ਸਖਨਾ ਜੀ ਆਮ ਆਦਮੀ ਪਾਰਟੀ ਦੇ ਸਾਨੂੰ ਪਤਾ ਹੀ ਹੈ ਕਿ ਖਲਾਰਾ ਪਿਆ ਹੋਇਆ, ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜਦੋਂ ਪੰਡੋਰੀ ਆਏ ਸੀ ਤੇ ਉੱਥੇ ਉਹਨਾਂ ਨੂੰ ਕੋਈ ਸਵਾਲ ਪੁੱਛੇ ਸੀ, ਪੁੱਛਣ ਦਾ ਤਰੀਕਾ ਗਲਤ ਸੀ ਕਿ ਸਹੀ ਸੀ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਸਾਰੇ ਅੰਦਾਜ਼ਾ ਆਪ ਹੀ ਲਾ ਸਕਦੇ ਆ। ਪਰ ਉਹ ਤੋਂ ਬਾਅਦ ਜਿਹੜਾ ਕੇਸ ਦਰਜ ਹੋਇਆ, ਅੱਜ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਸਿੰਪਲ ਸਵਾਲ ਪੁੱਛ ਰਹੇ ਸੀ ਕਿ ਤੁਸੀਂ ਤਾਂ ਸਾਨੂੰ ਜੇ RSS ਦੇ ਕਿਹਾ ਤਾਂ ਕਿਉਂ ਕਿਹਾ। ਉਹ ਤੋਂ ਬਾਅਦ ਉਹਨਾਂ ਤੇ ਕੇਸ ਦਰਜ ਕੀਤਾ ਗਿਆ, ਜਦਕਿ ਕੇਸ ਬਣਦਾ ਨਹੀਂ ਸੀ ਕਿਉਂਕਿ ਭਗਵੰਤ ਮਾਨ ਦੇ ਜਿਹੜੇ ਸਿਕਿਉਰਿਟੀ ਆਫਿਸਰ ਸੀਗੇ, ਪਰਸਨਲ ਸਿਕਿਉਰਿਟੀ ਆਫਿਸਰ ਸੀਗੇ, ਉਹ ਵਰਦੀ ਦੇ ਵਿੱਚ ਨਹੀਂ ਸੀ। ਇਸ ਕਰਕੇ ਉਹਨਾਂ ਤੇ ਕੋਈ ਇਹੋ ਜਿਹੀ ਧਾਰਾ ਨਹੀਂ ਲੱਗਦੀ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੇ ਲਈ। ਤੇ ਭਗਵੰਤ ਮਾਨ ਨੇ ਜੇਕਰ ਇਹ ਕੇਸ ਵਾਪਸ ਨਹੀਂ ਲਿਆ ਤਾਂ ਫਿਰ ਮੈਨੂੰ ਆਪਦੇ ਦਫ਼ਤਰ ਦੇ ਨਾਲ ਖੜਨਾ ਪਊਗਾ, ਮੈਂ ਕਾਨੂੰਨੀ ਕਾਰਵਾਈ ਕਰੂੰਗਾ ਭਗਵੰਤ ਮਾਨ ਦੇ ਉੱਤੇ। ਸੁਖਨਾ ਜੀ ਹੁਣ ਇਹਦੀਆਂ ਦੋ ਗੱਲਾਂ, ਪਹਿਲੀ ਗੱਲ ਤਾਂ ਕਰ ਲਈਏ ਭਗਵੰਤ ਮਾਨ ਹੋਰਾਂ ਦੀ। ਮੇਰੇ ਖਿਆਲ ਤੋਂ ਭਗਵੰਤ ਮਾਨ ਹੋਰਾਂ ਨੂੰ ਐਡੀ ਨਿੱਕੀ ਗੱਲ ਚ ਨਹੀਂ ਪੈਣਾ ਚਾਹੀਦਾ ਸੀ। ਜੇਕਰ ਲੋਕਾਂ ਨੇ ਗੁੱਸੇ ਦੇ ਵਿੱਚ ਕੁਛ ਕਹਿਤਾ ਤਾਂ ਐਡੀ ਕੋਈ ਵੱਡੀ ਗੱਲ ਨਹੀਂ ਸੀ। ਇਹ ਕੇਸ ਦਰਜ ਕਰਾਉਣ ਤੱਕ ਦੀ ਜਿੱਥੋਂ ਤੱਕ ਨੌਬਤ ਆਈ ਹੈ, ਜੇ ਕਰ ਵੀ ਲਿਆ ਕੇਸ ਦਰਜ ਤਾਂ ਘੱਟੋ ਘੱਟ ਹੁਣ ਉਹਨਾਂ ਨੂੰ ਥੋੜੀ ਜਿਹੀ ਸੈਰ ਸਿਖਾਉਣੀ ਚਾਹੀਦੀ ਹੈ। ਭਗਵੰਤ ਮਾਨ ਬਹੁਤ ਵੱਡੇ ਲੀਡਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪੂਰੀ ਸੰਸਦ ਦੇ ਵਿੱਚ ਜੇ ਪੰਜਾਬ ਵੱਲੋਂ ਕਿਸੇ ਦੀ ਆਵਾਜ਼ ਗੂੰਜਦੀ ਹੈ ਤਾਂ ਭਗਵੰਤ ਮਾਨ ਦੀ ਹੀ ਗੂੰਜਦੀ ਹੁੰਦੀ ਹੈ। ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ, ਉਹਨਾਂ ਨੂੰ ਐਡੀ ਛੋਟੀ ਗੱਲ ਚ ਨਹੀਂ ਪੈਣਾ ਚਾਹੀਦਾ। ਆ ਕੇ ਜੋ ਵੀ ਕੇਸ ਹੈ ਉਹ ਵਾਪਸ ਲੈ ਲੈਣਾ ਚਾਹੀਦਾ, ਤੇ ਬੈਠ ਕੇ ਥੋੜੀ ਜਿਹੀ ਗੱਲ ਉਹਨਾਂ ਲੋਕਾਂ ਨਾਲ ਕਰ ਲੈਣੀ ਚਾਹੀਦੀ ਹੈ ਜਿਹੜੇ ਥੋੜੇ ਜਿਹੇ ਨਾਰਾਜ਼ ਹੈ। ਪਰ ਨਾਲ ਨਾਲ ਲੋਕਾਂ ਦੀ ਵੀ ਗੱਲ ਆ ਸਕਣਾ ਜੀ, ਸਾਨੂੰ ਵੀ ਗੁੱਸੇ ਦਾ ਜਿਹੜਾ ਢੰਗ ਹੈ ਉਹ ਥੋੜਾ ਜਿਹਾ ਹੋਰ ਜ਼ਿਆਦਾ ਫੈਨਫਲਾ ਕਰਨਾ ਪਊਗਾ। ਇਸ ਤਰ੍ਹਾਂ ਕਾਲ ਦੇ ਵਿੱਚ ਕਰੀਆਂ ਕਈ ਵਾਰੀ ਗਲਤੀਆਂ ਆਪ ਨੂੰ ਵੀ ਮਹਿੰਗੀਆਂ ਪੈਂਦੀਆਂ, ਮਹਿੰਗੀਆਂ ਪੈਣ ਤੋਂ ਮੇਰਾ ਮਤਲਬ ਇਹ ਆ ਵੀ ਕੱਲ ਨੂੰ ਹੋ ਸਕਦਾ ਉਹਨਾਂ ਨੂੰ ਖੁਦ ਨੂੰ ਹੀ ਪਛਤਾਵ ਹੋਵੇ ਕਿ ਐਡਾ ਜ਼ਿਆਦਾ ਓਵਰ ਰਿਐਕਟ ਕਰਨ ਦੀ ਜ਼ਰੂਰਤ ਉੱਥੇ ਨਹੀਂ ਸੀ। ਜਿੱਥੋਂ ਤੱਕ ਗੱਲ ਸੁਖਪਾਲ ਖਹਿਰਾ ਦੀ ਰਹੀ, ਸੁਖਪਾਲ ਖਹਿਰਾ ਜਿਹੜੀ ਗੱਲ ਕਹਿ ਰਹੇ ਆ ਇਹ ਹਰ ਲੀਡਰ ਨੇ ਹੀ ਕਰਨੀ ਹੁੰਦੀ ਹੈ। ਸੁਖਨੈਲ ਜੀ ਜਿਹੜੀ ਵੀ ਆਪਦੀ ਪਾਰਟੀ ਹੈ ਜਾਂ ਆਪਦੇ ਧੜੇ ਦੇ ਬੰਦੇ ਆ, ਲੀਡਰਾਂ ਨੂੰ ਉਹਨਾਂ ਦੇ ਨਾਲ ਖੜਨਾ ਹੀ ਹੁੰਦਾ। ਪਰ ਸੁਖਪਾਲ ਖਹਿਰਾ ਨੂੰ ਵੀ ਜਿਸ ਤਰ੍ਹਾਂ ਕਮਰ ਸੰਧੂ ਹੋਰਾਂ ਨੇ ਆ ਕੇ ਮੀਡੀਆ ਦੇ ਵਿੱਚ ਅਪੀਲ ਕੀਤੀ ਹੈ ਕਿ ਜੋ ਸਾਡੇ ਇਹਨਾਂ ਸਮਰਥਕਾਂ ਨੇ ਕੀਤਾ ਉਹ ਗਲਤ ਕੀਤਾ, ਕਮਲ ਸੰਧੂ ਨੇ ਬਕਾਇਦਾ ਇੱਕ ਵੀਡੀਓ ਜਾਰੀ ਕਰਕੇ ਗੱਲ ਕਹੀ ਹੈ, ਇਹੋ ਜਿਹੀ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ। ਕਿ ਦੋਨੇ ਪਾਸਿਓਂ ਹੀ ਲਗਾਮ ਲੱਗਣੀ ਚਾਹੀਦੀ ਹੈ। ਜਿਹੜੇ ਵਰਕਰ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਅਸੀਂ ਦੇਖਿਆ ਉਹ ਕੁਐਸਚਨਿੰਗ ਹੋ ਰਹੀ ਸੀ, ਇੰਨਾ ਵੀ ਲਾਊਡ ਹੋਣ ਦੀ ਜ਼ਰੂਰਤ ਨਹੀਂ। ਤੇ ਦੂਜੇ ਪਾਸੇ ਜਿਵੇਂ ਸੁਖਪਾਲ ਖਹਿਰਾ ਦੇ ਉੱਤੇ ਕਾਲਸ ਮਰੀ ਗਈ ਹੈ ਉਹਨਾਂ ਦੇ ਪੋਸਟਰਾਂ ਦੇ ਉੱਤੇ, ਇਹ ਚੀਜ਼ ਦੀ ਵੀ ਜ਼ਰੂਰਤ ਨਹੀਂ। ਸਿਆਸਤ ਦੇ ਵਿੱਚ ਵਿਰੋਧ ਚੱਲਦੇ ਰਹਿੰਦੇ ਹੁੰਦੇ ਆ, ਪਰ ਆਪਸ ਦੇ ਵਿੱਚ ਇੰਨਾ ਨਹੀਂ ਉਲਝਣਾ ਚਾਹੀਦਾ। ਸਿਆਸਤ ਦਾ ਇੱਕ ਮਿਆਰ ਹੁੰਦਾ, ਉਹ ਮਿਆਰ ਬਰਕਰਾਰ ਰਹਿਣਾ ਚਾਹੀਦਾ। ਪੰਜਾਬ ਕੋਈ ਬਿਹਾਰ ਨਹੀਂ ਹੈਗਾ ਜਿੱਥੇ ਤੁਸੀਂ ਕੁਛ ਵੀ ਕਰੀ ਚੱਲੋ। ਪਰ ਭਗਵੰਤ ਮਾਨ ਹੋਰਾਂ ਨੂੰ ਮੈਨੂੰ ਲੱਗਦਾ ਵੀ ਇੱਕ ਸਿਆਣਪ ਜ਼ਰੂਰ ਆ ਗਈ ਹੋਣੀ ਹੈ ਕਿ ਜਦੋਂ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਡਲਾ ਤੋਂ ਡਲਾ ਹੁੰਦਾ ਹੈ, ਇਹ ਜਿਹੀਆਂ ਗੱਲਾਂ ਜਦੋਂ ਕਰਦੇ ਸੀ ਬਾਦਲਾਂ ਨੂੰ ਘੇਰਨ ਦੀਆਂ ਗੱਲਾਂ ਕਰਦੇ ਸੀ, ਇਹੋ ਜਿਹੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ। ਸਿੱਧਾ ਵੱਡੇ ਲੀਡਰ ਦਾ ਇਹ ਫਰਜ਼ ਹੁੰਦਾ ਉਹ ਲੋਕਾਂ ਨੂੰ ਕਹੇ ਕਿ ਭਾਈ ਜੋ ਵੀ ਗੁੱਸਾ ਉਹ ਜਦੋਂ ਵੋਟਾਂ ਆਉਣਗੀਆਂ ਨਾ ਉਦੋਂ ਕੱਢ ਕੇ ਆਇਓ, ਆਪਦੇ ਅੰਦਰ ਦੀ ਅੱਗ ਨੂੰ ਬਚਾ ਕੇ ਰੱਖਿਓ, ਉਦੋਂ ਤੱਕ ਆਪਦੇ ਅੰਦਰ ਦੇ ਗੁੱਸੇ ਨੂੰ ਬਚਾ ਕੇ ਰੱਖਿਓ, ਜਦੋਂ ਤੱਕ ਵੋਟਾਂ ਨਹੀਂ ਆਉਂਦੀਆਂ ਉੱਥੇ ਜਾ ਕੇ ਕੱਢਿਓ। ਇਸ ਤਰ੍ਹਾਂ ਕੰਮ ਕਰਨ ਦੇ ਨਾਲ ਨਾ ਤਾਂ ਭਗਵੰਤ ਮਾਨ ਦਾ ਕੋਈ ਫਾਇਦਾ ਹੋਣ ਵਾਲਾ, ਨਾ ਉਹਨਾਂ ਦੇ ਸਮਰਥਕਾਂ ਦਾ ਹੋਣ ਵਾਲਾ, ਤੇ ਯਕੀਨ ਮੰਨਿਓ ਨਾ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਮਰਥਕਾਂ ਦਾ ਹੋਣ ਵਾਲਾ। ਇਹ ਸਾਰੀ ਸਥਿਤੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਖਿੰਡ ਪੁੰਡ ਰਹੀ ਆ, ਉਹਨਾਂ ਦੇ ਭਾਂਡੇ ਖੜਕ ਰਹੇ ਆ, ਇਸ ਸਾਰੀ ਸਥਿਤੀ ਦਾ ਫਾਇਦਾ 2019 ਦੇ ਵਿੱਚ ਜਾਂ ਫਿਰ 2018 ਦੇ ਦਸੰਬਰ ਦੇ ਵਿੱਚ ਵੀ ਜੇਕਰ ਇਲੈਕਸ਼ਨ ਹੁੰਦੇ ਆ ਤੇ ਕਾਂਗਰਸ ਨੇ ਲੈ ਜਾਣਾ, ਅਕਾਲੀ ਦਲ ਦੀ ਸਥਿਤੀ ਵੈਸੇ ਬੈਕਫੁੱਟ ਤੇ ਚਲੀ ਜਾਣੀ ਹੈ, ਕਿਤੇ ਇਹ ਨਾ ਹੋਵੇ ਕਿ ਲੋਕਾਂ ਨੇ ਜਿਹੜੀ ਆਸ ਦੇਖੀ ਸੀ ਉਹ ਹੋਰ ਜ਼ਿਆਦਾ ਮੱਧਮ ਪੈ ਜਾਵੇ। ਸੁਖਨੈਲ ਜੀ ਇਹ ਗੱਲ ਚ ਤਾਂ ਕੋਈ ਸ਼ੱਕ ਨਹੀਂ ਨਾ ਕਿ ਚਾਹੇ ਹਮਲਾ ਭਗਵੰਤ ਮਾਨ ਸਿਆਸੀ ਹਮਲਾ ਭਗਵੰਤ ਮਾਨ ਤੇ ਹੋਵੇ ਜਾਂ ਸਿਆਸੀ ਹਮਲਾ ਭਗਵੰਤ ਮਾਨ ਸੁਖਪਾਲ ਖਹਿਰਾ ਤੇ ਕਰਨ, ਇਹ ਦੋਨੋਂ ਸਥਿਤੀਆਂ ਦੇ ਵਿੱਚ ਹਾਰਦੇ ਉਹੀ ਲੋਕ ਹੈ ਜਿਨ੍ਹਾਂ ਨੇ ਆਸ ਕੀਤੀ ਸੀ
ਤੇ ਪੰਜਾਬ ਨੂੰ ਇੱਕ ਤੀਜਾ ਬਦਲ ਦੇਣਾ। ਇਹ ਤੀਜੇ ਬਦਲ ਦੀ ਹਾਰ ਹੈ, ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੀਡਰ ਪਹਿਲਾਂ ਵੀ ਪਾਰਟੀਆਂ ਦੇ ਨਾਲ ਜੁੜੇ ਸੀ, ਭਗਵੰਤ ਮਾਨ ਪਹਿਲਾਂ ਵੀ ਇੱਕ ਪਾਰਟੀ ਦੇ ਵਿੱਚ ਸੀਗੇ, PPP ਦੇ ਵਿੱਚ ਬਾਅਦ ਚ ਆਪ ਆਏ ਆ। ਸੁਖਪਾਲ ਖਹਿਰਾ ਪਹਿਲਾਂ ਵੀ ਕਾਂਗਰਸ ਦੇ ਵਿੱਚ ਸੀਗੇ, ਬਾਅਦ ਚ ਆਪ ਆਏ ਆ। ਸਥਿਤੀ ਉਹਨਾਂ ਲੋਕਾਂ ਦੀ ਆ ਜਿਹੜੇ ਲੋਕ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਦੇ ਆ, ਜਾਂ ਜਿਹੜੇ NRI ਸੱਜਣ ਬਾਹਰ ਬੈਠੇ ਇੱਥੇ ਇਹਨਾਂ ਨੂੰ ਫੰਡ ਘੱਲਿਆ। ਉਮੀਦ ਉਹਨਾਂ ਦੀ ਮਰਜ਼ੀ ਆ, ਸਿਆਣੇ ਹੋ ਕੇ ਚੱਲਣ ਦਾ ਵੇਲਾ, ਆਪਸ ਦੇ ਵਿੱਚ ਲੜਨ ਭਿੜਨ ਵਾਸਤੇ ਹੋਰ ਸਮੇਂ ਹੁੰਦੇ ਆ। ਘੱਟੋ ਘੱਟ ਇਹ ਸਮਾਂ ਨੀ ਜਦੋਂ ਵੋਟਾਂ ਬਿਲਕੁਲ ਤੁਹਾਡੇ ਸਿਰ ਤੇ ਖੜੀਆਂ ਹੋਣ। ਜੀ ਸਿੰਘਨਾ ਜੀ, ਜੀ ਗੱਲ ਬਿਲਕੁਲ ਸਹੀ ਹੈ ਜੀ ਤੁਹਾਡੀ, ਕਿ ਵੇਲਾ ਇਹ ਨੀ। ਅੱਛਾ, ਨੌਕਰੀਆਂ ਦੇਣ ਦਾ ਵੇਲਾ ਹੈਗਾ ਹੁਣ? ਕਹਿੰਦੇ ਵੀ ਸਮਾਰਟ ਫੋਨ ਤੇ ਨੌਕਰੀਆਂ ਵੀ ਦਿੱਤੀਆਂ ਜਾ ਸਕਦੀਆਂ ਜਾਂ ਨਹੀਂ? ਸਕਨਾਬ ਜੀ, ਮੈਂ ਨਾ ਇੱਕ ਵਾਰ ਇੱਕ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ, ਜਦੋਂ ਸੋਵੀਅਤ ਯੂਨੀਅਨ ਬਣੀ ਹੈ, ਪੁਰਾਣਾ ਹੀ ਹੁੰਦਾ ਬਾਈ ਕਹਿੰਦੇ, ਤਾਂ ਮੇਰੇ ਕਹਿਣ ਦਾ ਮਤਲਬ ਮੈਂ ਦਾਵਾ ਪੜ੍ਹਨਾ ਪੜ੍ਹ ਰਿਹਾ ਸੀ 2000 ਸੋਰੀ ਮਤਲਬ 1900 ਕੁਛ ਦਾ ਪੜ੍ਹ ਰਿਹਾ ਸੀ। ਕਹਿੰਦੇ ਜਦੋਂ ਸੋਵੀਅਤ ਯੂਨੀਅਨ ਬਣੀ ਆ ਤਾਂ ਕੁਝ ਸਾਲ ਬਾਅਦ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਜਿਹੜਾ ਕਿ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਸੀ, ਆਪਦੀ ਇੱਕ ਖਬਰ ਲਵਾਈ, ਜਾਂ ਮੈਂ ਕਹਿੰਦਾ ਇਸ਼ਤਿਹਾਰ ਲਵਾਇਆ, ਕਿ ਸਾਡਾ ਕ੍ਰਾਂਤੀ ਆਉਣ ਤੋਂ ਬਾਅਦ ਇਸ ਪਿੰਡ ਦੇ ਵਿੱਚ ਜਿਹੜੀ ਸਾਖਰਤਾ ਦਰ ਆ ਇਹ ਦੁੱਗਣੀ ਹੋ ਗਈ। ਪਰ ਜਦੋਂ ਅੰਕੜੇ ਚੈੱਕ ਕੀਤੇ ਗਏ ਸੀ ਤਾਂ ਉਹ ਅੰਕੜਿਆਂ ਦੇ ਵਿੱਚ ਇਹ ਸੱਚ ਨਿਕਲਿਆ ਸੀ ਕਿ ਪਹਿਲਾਂ ਉੱਥੇ 2 ਜਵਾਕ ਸਕੂਲ ਜਾਂਦੇ ਸੀ, ਫਿਰ 4 ਜਾਣ ਲੱਗ ਗਏ। ਇਹੋ ਜਿਹੀਆਂ ਜਿਹੜੀਆਂ ਖੇਡਾਂ ਹੋ ਗਈ ਜੀ, ਉਹ ਚਾਹੇ ਬਿਲਕੁਲ ਸਿਗਨੈਲ ਜੀ, ਪਰ ਦੁੱਗਣੀ ਜਿਹੜੀ ਹੋਣ ਵਾਲੀ ਗੱਲ ਆ, ਮੈਂ ਤਾਂ ਉਹ ਵੀ ਕਰਦਾ, ਸਰਕਾਰਾਂ ਅੰਕੜਿਆਂ ਦੇ ਨਾਲ ਹਮੇਸ਼ਾ ਹੀ ਖੇਡਦੀਆਂ। ਹੁਣ ਗੱਲ ਕਈ ਸਾਡੇ ਦਰਸ਼ਕ ਜਾਂ ਸਰੋਤੇ ਆ ਜਿਹੜੇ ਇਸ ਗੱਲ ਦੇ ਨਾਲ ਜ਼ਰੂਰ ਬਿਲਕੁਲ ਸਾਡੇ ਨਾਲ ਖਫਾ ਹੋਣਗੇ ਕਿ ਅਸੀਂ ਕਮਿਊਨਿਸਟ ਇੱਕ ਸਰਕਾਰ ਦੀ ਉਦਾਹਰਣ ਹੀ ਕਿਉਂ ਦਿੱਤੀ ਆ। ਸਾਡੇ ਕੋਲ ਅਮਰੀਕਾ ਦੀਆਂ ਵੀ ਬਹੁਤ ਉਦਾਹਰਣਾਂ ਪਈਆਂ, ਸਾਰੀਆਂ ਸਰਕਾਰਾਂ ਹੀ ਤਕਰੀਬਨ ਇਸੇ ਪੈਟਰਨ ਤੇ ਚੱਲਦੀਆਂ, ਇਹੀ ਪੈਟਰਨ ਉਹ ਰੱਖਦੀਆਂ, ਅੰਕੜਿਆਂ ਦੇ ਨਾਲ ਖੇਡਦੀਆਂ। ਕੈਪਟਨ ਸਰਕਾਰ ਨੇ ਇੱਕ ਨਵੀਂ ਚੀਜ਼ ਕਰਨ ਜਾ ਰਹੀ ਹੈ ਜਿਹਦੀ ਕੰਸੋਲ ਮਿਲੀ ਹੈ, ਕਹਿੰਦੇ ਜੀ 10 ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹਰ ਪਿੰਡ ਦੇ ਵਿੱਚ। ਸਕਨੈਲ ਜੀ, 10 ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ, ਤੇ ਇਸ ਗੱਲ ਤੋਂ ਕਿਸੇ ਨੂੰ ਸ਼ਾਇਦ ਯਾਦ ਆਇਆ ਹੋਵੇ ਕਿ ਗੱਲ ਹੋਈ ਕੀ ਸੀ। ਗੱਲ ਇਹ ਹੋਈ ਸੀ ਕਿ ਘਰ ਘਰ ਰੁਜ਼ਗਾਰ ਦੇਣਾ ਜੀ, ਘਰ ਘਰ ਨੌਕਰੀ ਦੇਣੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਕਿ ਇਹ ਕੋਈ ਪਹਿਲਾ ਵਾਅਦਾ ਥੋੜੀ ਹੈ ਜਿਹੜੇ ਉਹ ਮੁੱਕਰੇ ਆ। ਪਹਿਲਾਂ ਕਰਜ਼ ਮਾਫ਼ੀ ਦੇ ਉੱਤੇ ਵੀ ਤਾਂ ਉਹਨਾਂ ਦੀਆਂ ਵੀਡੀਓਜ਼ ਪਈਆਂ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਆ ਕਿ RTA ਦਾ ਕਰਜ਼ਾ ਵੀ ਅਸੀਂ ਮਾਫ਼ ਕਰਨਾ, ਨੈਸ਼ਨਲ ਬੈਂਕਾਂ ਦਾ ਕਰਜ਼ਾ ਵੀ ਅਸੀਂ ਮਾਫ਼ ਕਰਨਾ। ਤੇ ਕਰਿਆ ਕੀ ਸੀ, ਕਿਸਾਨ ਨੂੰ ਕੀ ਮਿਲਿਆ? ਤਾਂ ਸੁਸਾਇਟੀਆਂ ਦੇ ਵਿੱਚ ਕਿਸੇ ਨੂੰ 30,000 ਦੀ ਮਾਫ਼ੀ ਆ ਰਹੀ ਹੈ, ਕਿਸੇ ਨੂੰ 40,000 ਦੀ। ਹਾਲਾਂਕਿ ਮੈਂ ਸਿੱਧੇ ਤੌਰ ਦੇ ਉੱਤੇ ਕਰਜ਼ ਮਾਫ਼ੀ ਦੇ ਹੱਕ ਚ ਨਹੀਂ ਆ, ਕਿਸੇ ਬੰਦੇ ਨੂੰ ਪੈਰਾਂ ਤੇ ਖੜਾ ਕਰੋ ਵੀ ਉਹ ਤੇ ਕਰਜ਼ਾ ਚੜੇ ਨਾ, ਕਰਜ਼ੇ ਲਾਉਣ ਦੇ ਨਾਲ ਕੁਛ ਨਹੀਂ, ਇਹ ਫਿਰ ਚੜ ਜਾਣਗੇ। ਉਹ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ। ਪਰ ਜਿੱਥੋਂ ਤੱਕ ਗੱਲ ਵਾਅਦਿਆਂ ਦੀ ਹੈ, ਜਿਹੜੇ ਲੀਡਰ ਕਰਦੇ ਆ ਉਹ ਸਿਰਫ ਅੰਕੜੇ ਆਪਦੇ ਦਰੁਸਤ ਕਰਨ ਦੇ ਲਈ ਪੂਰੇ ਕਰ ਦਿੰਦੇ ਆ। ਹੁਣ ਇੱਕ ਵਾਅਦਾ ਇਹ ਕਰਿਆ ਸੀ ਵੀ ਰੁਜ਼ਗਾਰ ਦੇਵਾਂਗੇ, ਰੁਜ਼ਗਾਰ ਦੇ ਨਾਂ ਤੇ ਪਹਿਲਾਂ ਮੇਲੇ ਲਾਏ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਮੇਲੇ ਲੱਗ ਰਹੇ ਆ। ਰੁਜ਼ਗਾਰ ਮੇਲਿਆਂ ਦਾ ਸੱਚ ਸਗਨੈਰ ਜੀ ਇਹ ਹੈ, ਪ੍ਰਾਈਵੇਟ ਕੰਪਨੀਆਂ ਨੇ ਕਾਲਜਾਂ ਤੋਂ ਮੁੰਡੇ ਕੁੜੀਆਂ ਰੱਖਣੇ ਹੁੰਦੇ ਆ, ਉਹ ਹੁਣ ਕੀ ਕਰਦੇ ਆ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਕਾਲਜਾਂ ਤੋਂ ਨਾ ਰੱਖੋ, ਤੁਸੀਂ ਸਾਡੇ ਮੇਲੇ ਚ ਆਓ, ਇੱਥੇ ਆ ਕੇ ਰੱਖ ਲਓ। ਮਤਲਬ ਨਵੀਂ ਤਾਂ ਕੋਈ ਵੀ ਜਨਰੇਟ ਨਹੀਂ ਨਾ ਹੋ ਰਹੀ, ਤੁਸੀਂ ਸਿਰਫ ਨੌਕਰੀਆਂ ਦਾ ਚੈਨਲ ਬਦਲਿਆ, ਨੌਕਰੀਆਂ ਮਿਲਣ ਦਾ ਵੇ ਬਦਲਿਆ, ਢੰਗ ਬਦਲਿਆ, ਤੁਸੀਂ ਨਵੀਂ ਨੌਕਰੀ ਕੋਈ ਨੀ ਜਨਰੇਟ ਕੀਤੀ। ਹੁਣ ਸਰਕਾਰ ਉਹਨੂੰ ਆਪਦੇ ਅੰਕੜਿਆਂ ਚ ਦਿਖਾਊਗੀ। ਇਹੀ ਹਾਲ ਸੈਂਟਰ ਦਾ, ਨਰਿੰਦਰ ਮੋਦੀ ਵਾਅਦੇ ਅੱਛੇ ਦਿਨਾਂ ਦੇ ਕਰਦੇ ਆ, ਕਰਦੇ ਸੀ ਵੀ ਰੁਪਈਏ ਨੂੰ ਕਹਿੰਦੇ ਐਂ ਡਾਊਨ ਕਰ ਦੇਣਾ, ਜਾਂ ਬਿਲਕੁਲ ਜਿਵੇਂ ਠੰਡ ਦੇ ਵਿੱਚ ਪੰਜਾਬ ਦਾ ਤਾਪਮਾਨ ਡਾਊਨ ਹੁੰਦਾ, ਪਰ ਹੋਇਆ ਕੁਛ ਵੀ ਨੀ, ਉਹ ਉਲਟ ਰਿਹਾ। ਜੋ ਵਾਅਦੇ ਲੀਡਰ ਕਰਦੇ ਆ ਉਹਦੇ ਚ ਕੁਛ ਵੀ ਖੜਾ ਨੀ ਉਤਰਦਾ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ, ਉਹ ਘਰ ਘਰ ਦੇ ਵਿੱਚ ਨੌਕਰੀ ਦੀ ਥਾਂ ਤੇ ਹੁਣ ਕਹਿੰਦੇ ਵੀ ਇੱਕ ਪਿੰਡ 10 ਨੌਜਵਾਨ ਚੁਣਨੇ ਆ ਜਿਹੜੇ ਗਰੀਬ ਹੋਣ ਤੇ ਉਹਨਾਂ ਨੂੰ ਨੌਕਰੀ ਦੇ ਦੇਣੀ। ਸਖਨੈਲ ਜੀ, ਪਹਿਲੀ ਗੱਲ ਤਾਂ ਇਹ ਕਿ ਇਸ ਦੇਸ਼ ਦੇ ਵਿੱਚ ਗਰੀਬ ਚੁਣਨ ਦਾ ਜਿਹੜਾ ਸਿਸਟਮ ਹੈ
ਉਹ ਏਡਾ ਜ਼ਿਆਦਾ ਵਿਕਾਰ ਹੈ ਕਿ ਪੁੱਛੋ ਹੀ ਨਾ। ਆਹ ਨੀਲੇ ਕਾਰਡ ਦੀ ਗੱਲ ਹੁੰਦੀ ਹੈ ਜਿਹਦੇ ਤੇ ਆਟਾ ਦਾਲ ਮਿਲਦੇ ਆ। ਤਖਨੈਬ ਜੀ ਕਿਹਨੂੰ ਨੀ ਪਤਾ ਕਿ ਚੰਗੇ ਚੰਗੇ ਸਰਦੇ ਪੁਰ ਦੇ ਘਰਾਂ ਨੇ ਇਹ ਕਾਰਡ ਬਣਾਏ ਦੇ ਆ। ਬੁਢਾਪਾ ਪੈਨਸ਼ਨ ਮਿਲਦੀ ਹੈ ਗਰੀਬ ਲੋਕਾਂ ਨੂੰ, ਉਹ ਪੈਨਸ਼ਨਾਂ ਕਿਹਦੇ ਕਹਾਉਂਦੇ ਘਰਾਂ ਨੂੰ ਜਿਨ੍ਹਾਂ ਦੀ ਚੰਗੀ ਆਮਦਨ ਹੈ ਉਹਨਾਂ ਨੇ ਬਣਾਈਆਂ ਹੋਈਆਂ। ਤਖਨੈਬ ਜੀ ਇੱਥੇ ਜਦੋਂ ਪੋਲੀਟੀਕਲ ਦਖਲ ਤੋਂ ਬਿਨਾਂ ਤੁਹਾਡਾ ਇੱਕ ਸਿੰਪਲ ਜਿਹਾ ਕੰਮ ਨਹੀਂ ਹੁੰਦਾ। ਥਾਣੇ ਦੇ ਵਿੱਚ ਐਫ ਆਈ ਆਰ ਆਪੇ ਤਾਂ ਤੁਹਾਨੂੰ ਇੱਕ ਨੇਤਾ ਇੱਕ ਲੀਡਰ ਨਾਲ ਜਾਣਾ ਪੈਂਦਾ ਹੋਵੇ, ਉੱਥੇ ਕਿਵੇਂ ਚੁਣੋਗੇ ਕਿ ਪਿੰਡ ਦੇ ਵਿੱਚ ਗਰੀਬ ਕਿਹੜਾ? ਇਹ 10 ਗਰੀਬਾਂ ਨੂੰ ਹੀ ਦੇਣੀ ਹੈ ਕਿ 10 ਕਾਂਗਰਸੀਆਂ ਨੂੰ ਦੇਣੀ ਹੈ? ਪਰ ਜੇ 10 ਕਾਂਗਰਸੀਆਂ ਨੂੰ ਵੀ ਦੇਣੀ ਹੈ ਸਾਨੂੰ ਕੋਈ ਇਤਰਾਜ਼ ਨਹੀਂ, ਪੰਜਾਬ ਦੇ ਵਿੱਚ ਰੁਜ਼ਗਾਰ ਆਵੇ ਫਿਰ ਢੰਗ ਦੇ ਨਾਲ ਚੁਣੇ ਜਾਣ ਉਹ ਬੰਦੇ। ਪਰ ਗੱਲ ਕੈਪਟਨ ਅਮਰਿੰਦਰ ਸਿੰਘ ਆਪਦੇ ਵਾਅਦੇ ਤੋਂ ਅੱਜ ਪਰੇ ਹੋਏ ਹੈ ਨਾ, ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਅਸੀਂ ਘਰ ਘਰ ਨੌਕਰੀ ਦੇਣੀ ਹੈ, ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ 10 ਤੱਕ ਹੀ ਸੀਮਿਤ ਕਰ ਦੇਣਾ ਬਹੁਤ ਮੰਦਭਾਗ ਹੈ। ਪਰ ਸੁਖਨੈਬ ਜੀ ਸਵਾਲ ਇੱਕ ਹੋਰ ਵੀ ਖੜਾ ਹੋ ਜਾਂਦਾ ਹੈ ਕਿ ਪੰਜਾਬ ਚ 13,500 ਪਿੰਡ ਹੈ ਪੰਜਾਬ ਸਰਕਾਰ ਦੀ ਅਧਿਆਪ ਦੇ ਅੰਕੜੇ ਅਨੁਸਾਰ, ਤੇ ਜੇ 10-10 ਨੂੰ ਵੀ ਦਿੱਤੀ ਤਾਂ ਤੁਸੀਂ ਹਿਸਾਬ ਲਾ ਲਓ 1,35,000 ਨੌਕਰੀਆਂ ਚਾਹੀਦੀਆਂ। ਤੇ ਕਿਤੇ ਇਹ 1,35,000 ਨੌਕਰੀਆਂ ਸਰਕਾਰ ਜਿਹੜਾ ਦੇਣ ਬਾਰੇ ਸੋਚ ਰਹੀ ਹੈ ਇਹਨਾਂ ਦੀਆਂ ਤਨਖਾਹਾਂ ਕਿੱਥੋਂ ਆਉਣਗੀਆਂ? ਆ ਜਿਹੜੇ ਪਹਿਲਾਂ ਰੱਖੇ ਆ ਇਹ ਤਾਂ 6-6 ਮਹੀਨੇ ਤੁਰੇ ਫਿਰਦੇ ਰਹਿੰਦੇ ਆਪਦੀਆਂ ਤਨਖਾਹਾਂ ਲੈਣ ਵਾਸਤੇ, ਤੇ ਭਾਈ ਸਾਡੀ ਤਨਖਾਹ ਪਵਾ ਦੋ 6 ਮਹੀਨਿਆਂ ਤੋਂ ਨਹੀਂ ਆਈ, 4 ਮਹੀਨਿਆਂ ਤੋਂ ਨਹੀਂ ਆਈ, ਤੇ ਉੱਥੇ ਇਹ 1,35,000 ਜਿਹੜੇ ਨਵੇਂ ਰੱਖਣੇ ਆ ਇਹਨਾਂ ਦੀ ਤਨਖਾਹ ਕਿੱਥੋਂ ਆਊਗੀ? ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਹੁਣ ਜਾਂ ਤਾਂ ਉਹ ਜਾਣਦੇ ਆ ਜਾਂ ਉਹਨਾਂ ਦੀ ਸਰਕਾਰ ਦੇ ਖਜ਼ਾਨਾ ਮੰਤਰੀ ਜਾਣਦੇ ਆ, ਜਿਹੜੇ ਕਿ ਖਜ਼ਾਨਾ ਮੰਤਰੀ ਹੋਣ ਦੇ ਨਾਲ ਨਾਲ ਉਰਦੂ ਮੰਤਰੀ ਵੀ ਆ, ਹਾਲਾਂਕਿ ਮੈਨੂੰ ਉਹਨਾਂ ਦੇ ਉਰਦੂ ਦੇ ਸ਼ੇਅਰ ਬੜੇ ਪਸੰਦ ਹੈ, ਪਰ ਖਜ਼ਾਨਾ ਮੰਤਰੀ ਦੇ ਤੌਰ ਦੇ ਉੱਤੇ ਉਹ ਪੰਜਾਬ ਨੂੰ ਪੈਰਾਂ ਤੇ ਖੜਾ ਨਹੀਂ ਕਰ ਸਕੇ ਜਿਹੜੀ ਕਿ ਉਹਨਾਂ ਤੋਂ ਉਮੀਦ ਸੀ। ਫਿਲਹਾਲ ਵਾਅਦੇ ਵਾਅਦੇ ਹੀ ਰਹਿ ਜਾਂਦੇ ਆ, ਲਾਰੇ ਵਾਅਦੇ ਆ ਜਿਹੜੇ ਉਹ ਲਾਰੇ ਬਣ ਜਾਂਦੇ ਆ, ਸਰਕਾਰਾਂ ਸਿਰਫ ਆਪਦੇ ਅੰਕੜਿਆਂ ਤੱਕ ਸੀਮਿਤ ਰਹਿ ਜਾਂਦੀਆਂ। ਰੁਜ਼ਗਾਰ ਕਿੰਨੇ ਕੁ ਲੋਕਾਂ ਨੂੰ ਮਿਲ ਰਿਹਾ ਇਹ ਤੁਹਾਡੇ ਸਾਹਮਣੇ ਹੈ। ਜੇ ਰੁਜ਼ਗਾਰ ਮਿਲਦਾ ਹੁੰਦਾ ਆ 1,00,000 ਨੌਜਵਾਨ ਜਿਹੜਾ ਪਿਛਲੇ ਸਾਲ ਕੈਨੇਡਾ ਗਿਆ ਆਸਟ੍ਰੇਲੀਆ ਗਿਆ ਇਹਨਾਂ ਨੂੰ ਜਾਣ ਦੀ ਸ਼ਾਇਦ ਲੋੜ ਨਾ ਪੈਂਦੀ। ਜੀ ਸੁਨਵਰੀ ਜੀ ਬਹੁਤ ਮਿਹਰਬਾਨੀ ਖਬਰਸਾਰ ਦੇ ਵਿੱਚ ਸਾਂਝ ਪਾਉਣ ਦੇ ਵਾਸਤੇ। ਕੱਲ ਅਸੀਂ ਫੇਰ ਮਿਲਾਂਗੇ, ਜੁੜਾਂਗੇ ਤੇ ਗੱਲਬਾਤ ਕਰਾਂਗੇ। ਸੋ ਮੈਂ ਮਾਫੀ ਚਾਹੂੰਗਾ ਉਹਨਾਂ ਸਰੋਤਿਆਂ ਤੋਂ ਕਿਉਂਕਿ ਅਸੀਂ ਕੁਝ ਕਾਲਾਂ ਲੈਣੀਆਂ ਸੀ, ਪਰ 2-3 ਖਬਰਾਂ ਜਿਹੜੀਆਂ ਅਹਿਮ ਸੀ ਇਸ ਕਰਕੇ ਟਾਈਮ ਅਸੀਂ ਇਹਨਾਂ ਖਬਰਾਂ ਦੇ ਵਿੱਚ ਲਾ ਬੈਠੇ ਹਾਂ। ਕੱਲ ਮਿਲਦੇ ਹਾਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਬਹੁਤ ਮਿਹਰਬਾਨੀ ਨਵਰੀਤ ਜੀ, ਬਹੁਤ ਬਹੁਤ ਸ਼ੁਕਰੀਆ ਸੁਖਨੈਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਜਾਂਦੇ ਇੱਕ ਸ਼ੇਅਰ ਬੋਲਣਾ ਚਾਹੂੰਗਾ ਇੱਕ ਕਵਿਤਾ ਨਿੱਕੀ ਜੀ, ਜੇ ਤੁਸੀਂ ਇਜਾਜ਼ਤ ਦਿਓ। ਜੀ 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 ਇਜਾਜ਼ਤ ਹੁੰਦੀ ਹੈ, ਟਾਈਮ ਬਚ ਜਾਂਦਾ ਜੀ, ਤੁਸੀਂ ਆ ਜਾਓ ਜੀ। ਸੁਖਨੈਬ ਜੀ, ਸੁਰਜੀਤ ਪਾਤਰ ਹੋਰਾਂ ਦੀ ਇੱਕ ਕਵਿਤਾ ਹੈ ਘੱਟ ਗਿਣਤੀ। ਘੱਟ ਗਿਣਤੀ ਨਾਲ ਨਹੀਂ, ਘੱਟ ਗਿਣਤੀ ਨਾਲ ਨਹੀਂ, ਮੈਂ ਦੁਨੀਆ ਦੀ ਸਭ ਤੋਂ ਵੱਡੀ ਬਹੁਗਿਣਤੀ ਦੇ ਨਾਲ ਸੰਬੰਧ ਰੱਖਦਾ ਹਾਂ। ਬਹੁਗਿਣਤੀ ਜੋ ਉਦਾਸ ਹੈ, ਖਾਮੋਸ਼ ਹੈ, ਇੰਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ, ਇੰਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿੱਚ ਹੈ, ਮੈਂ ਉਸ ਬਹੁਗਿਣਤੀ ਦੇ ਨਾਲ ਸੰਬੰਧ ਰੱਖਦਾ ਹਾਂ। ਧੰਨਵਾਦ ਸੁਖਨੈਬ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ ਨਵਰੀਤ ਬਾਈ, ਬਹੁਤ ਧੰਨਵਾਦ। ਸੋ ਸੱਜਣੋ, ਇਹ ਸੀ ਨਵਰੀਤ ਸੇਵੀਆਂ ਤੇ ਗੱਲਬਾਤ ਆਪਾਂ ਕਰ ਰਹੇ ਸੀ। ਹੁਣ ਅਗਲੀ ਗੱਲਬਾਤ